ਹੈਲੋ एवरीवन ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਨਾਲ ਰਿਲੇਟਡ ਜਿਹੜੇ ਕਨਸੈਪਟ ਕਰਵਾਵਾਂਗਾ ਅੱਜ ਦਾ ਲੈਕਚਰ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਅੱਜ ਦੇ ਕੀਤੇ ਕਨਸੈਪਟ ਨੇ ਜਿਹੜੇ ਇਸ ਲੈਕਚਰ ਦੇ ਵਿੱਚ ਕਨਸੈਪਟ ਕਵਰ ਕਰਾਂਗੇ ਇਹ ਜਿਹੜੇ ਨੈਕਸਟ ਆਪਾਂ ਸਬਜੈਕਟ ਪੜ੍ਹਨੇ ਆ ਉਹਨਾਂ ਦੇ ਵਿੱਚ ਇਹੀ ਕਨਸੈਪਟ ਅਪਲਾਈ ਹੋਣੇ ਆ ਸੋ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਹਾਂ ਕਿ ਕਾਪੀ ਪੈਨ ਜ਼ਰੂਰ ਕੋਲ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕੀ ਹੋਏਗਾ ਤੁਸੀਂ ਨਾਲ ਦੀ ਨਾਲ ਸ਼ੋਰਟ ਨੋਟਸ ਆਪਣੇ ਬਣਾਉਂਦੇ ਜਾਓਗੇ ਤੇ ਜਿਹੜੇ ਸ਼ੋਰਟ ਨੋਟਸ ਹੁੰਦੇ ਨੇ ਇਹ ਲਾਸਟ ਦੇ ਵਿੱਚ ਬਹੁਤ ਹੈਲਪਫੁਲ ਹੁੰਦੇ ਨੇ ਜਦੋਂ ਇਗਜ਼ਾਮ ਤੁਹਾਡਾ ਕਰੀਬ ਆ ਜਾਂਦਾ ਹੈ ਠੀਕ ਹੈ ਉਸ ਟਾਈਮ ਜਿਹੜੇ ਸ਼ੋਰਟ ਨੋਟਸ ਹੁੰਦੇ ਨੇ ਇਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਸ਼ੋਰਟ ਨੋਟਸ ਨੂੰ ਪੜ੍ਹ ਕੇ ਇਗਜ਼ਾਮ ਦੇ ਵਿੱਚ ਅੰਗੇ ਮਾਰਕਸ ਜਿਹੜੇ ਲਿਆ ਸਕਦੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰam ਚੈਨਲ ਦਾ ਵੀ ਲਿੰਕ ਦਿੱਤਾ ਹੋਇਆ ਹੈ ਤੁਸੀਂ ਟੈਲੀਗ੍ਰam ਦਾ ਚੈਨਲ ਵੀ ਜੁਆਇਨ ਕਰ ਸਕਦੇ ਜੀ ਤੇ ਜਿਹੜਾ ਅੱਜ ਦਾ ਲੈਕਚਰ ਉਹਦਾ ਕੰਟੈਂਟ ਹੋਏਗਾ ਉਹਦੇ ਵਿੱਚ ਬੇਸਿਕ ਕਨਸੈਪਟਸ ਕੀ ਹੈ ਕਵਰ ਕਰਵਾਵਾਂਗਾ ਤੁਹਾਨੂੰ ਮੈਂ ਡੀਸੀ ਸਰਕਟਸ ਬਾਰੇ ਦੱਸਾਂਗਾ ਤੇ ਬੇਸਿਕ ਆਫ ਨੈਟਵਰਕ ਥਿਊਰਮਸ ਬਾਰੇ ਦੱਸਾਂਗਾ ਤੇ ਅੱਜ ਦੇ ਲੈਕਚਰ ਦਾ ਜਿਹੜਾ ਮੇਨ ਮੋਟਿਵ ਏ ਠੀਕ ਹੈ ਇਹਦਾ ਮੇਨ ਮੋਟਿਵ ਏ ਜਈ ਇਲੈਕਟ੍ਰੀਕਲ ਦਾ ਸਿਲੇਬਸ ਕਵਰ ਕਰਉਣਾ ਜਈ ਇਲੈਕਟ੍ਰੀਕਲ ਦੇ ਵਿੱਚ ਜਿਹੜਾ ਪੀਐਸਪੀਸੀਲ ਦਾ ਜਈ ਇਲੈਕਟ੍ਰੀਕਲ ਦਾ ਐਗਜ਼ਾਮ ਏ ਉਹਦੇ ਉਹ ਸਿਲੇਬਸ ਨੂੰ ਕਵਰ ਕਰਨਾ ਏ ਠੀਕ ਹੈ ਅੱਜ ਦਾ ਮੇਨ ਮੋਟਿਵ ਇਹੀ ਏ ਸੋ ਇਸ ਲੈਕਚਰ ਨੂੰ ਮਿਸ ਨਹੀਂ ਕਰਨਾ ਤੇ ਪ੍ਰੋਪਰਲੀ ਧਿਆਨ ਦੇ ਨਾਲ ਜਿੰਨੇ ਵੀ ਕਨਸੈਪਟ ਕਰਵਾਵਾਂਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸੋ ਸਟਾਰਟ ਕਰਦੇ ਹਾਂ ਬੇਸਿਕ ਕਨਸੈਪਟਸ ਤੋਂ ਬੇਸਿਕ ਕਨਸੈਪਟ ਦੇ ਵਿੱਚ ਪਹਿਲਾ ਕਨਸੈਪਟ ਹੈ ਇਲੈਕਟ੍ਰਿਕ ਕਰੰਟ ਇਲੈਕਟ੍ਰਿਕ ਕਰੰਟ ਕੀ ਹੁੰਦਾ ਹੈ ਦੀ ਰੇਟ ਆਫ ਫਲੋ ਆਫ ਦੀ ਰੇਟ ਆਫ ਫਲੋ ਆਫ ਇਲੈਕਟ੍ਰਿਕ ਚਾਰਜ ਥਰੂ ਅ ক্লোਜ਼ ਸਰਕਟ ਇਲੈਕਟ੍ਰਿਕ ਚਾਰਜ ਥਰੂ ਅ ক্লোਜ਼ ਸਰਕਟ ਥਰੂ ਅ ক্লোਜ਼ਡ ਸਰਕਟ ਠੀਕ ਹੈ ਮੈਂ ਦੱਸਦਾ ਮਾਂ ਕੀ ਇਹਦਾ ਮਤਲਬ ਏ ਕਿ ਇੱਕ ਸਾਡੇ ਕੋਲ ਬੈਟਰੀ ਏ ਠੀਕ ਹੈ ਤੇ ਇੱਕ ਸਾਡੇ ਕੋਲ ਕੋਈ ਰਜਿਸਟਰ ਏ ਠੀਕ ਹੈ ਰਜਿਸਟਰ ਦਾ ਮਤਲਬ ਤੁਸੀਂ ਲਗਾ ਲੋਗੇ ਕੋਈ ਫੈਨ ਏ ਕੋਈ ਵੀ ਮਤਲਬ ਸਾਡੇ ਕੋਲ ਅਪਲਾਈਂਸ ਹੈਗਾ ਵਾ ਹੁਣ ਕੀ ਏ ਕਿ ਇਹਨੂੰ ਇੱਧਰ ਕਨੈਕਟ ਕਰਤਾ ਬਟ ਇਸ ਸਾਈਡ ਤੇ ਕਨੈਕਟ ਨਹੀਂ ਕੀਤਾ ਆ ਹੁਣ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਜ਼ ਹੋਣਗੇ ਫ੍ਰੀ ਇਲੈਕਟ੍ਰੋਨਜ਼ ਹੋਣਗੇ ਉਹ ਰੈਂਡਮਲੀ oriented ਹੋਣਗੇ ਰੈਂਡਿਅਮ ਰੈਂਡਮਲੀ oriented ਦਾ ਮਤਲਬ ਕੀ ਆ ਕਿ ਉਹਨਾਂ ਦੀ ਡਾਇਰੈਕਸ਼ਨ ਐ ਉਹ ਇੱਕ ਦੂਜੇ ਦੇ ਮਤਲਬ ਕਹਿ ਲਓਗੇ ਅਲਾਈਨ ਨਹੀਂ ਹੈਗੇ ਇੱਕ ਇੱਕ ਪਾਸੇ ਦੀ ਇੱਕ ਪਾਸੇ ਫਲੂ ਨਹੀਂ ਕਰਦੇ ਪਏ ਠੀਕ ਹੈ ਇਸ ਕਰਕੇ ਜਿਹੜਾ ਨੈਟ ਇਹਦੇ ਵਿੱਚ ਵਰਕ ਹੋਏਗਾ ਉਹ ਕੀ ਹੋ ਜਾਏਗਾ ਜ਼ੀਰੋ ਹੋ ਜਾਏਗਾ ਠੀਕ ਹੈ ਨੈਟ ਵਰਕ ਕੀ ਹੋ ਜਾਏਗਾ ਜ਼ੀਰੋ ਹੋ ਜਾਏਗਾ ਜਦੋਂ ਇਹਨੂੰ ਆਪਾਂ ਸਪਲਾਈ ਦੇ ਨਾਲ ਜੋੜਦੇ ਹਾਂ ਠੀਕ ਹੈ ਜਦੋਂ ਇਹਨੂੰ ਆਪਾਂ ਸਪਲਾਈ ਦੇ ਨਾਲ ਜੋੜਤਾ ਡੀਸੀ ਬੈਟਰੀ ਦੇ ਨਾਲ ਜੋੜਤਾ ਕੀ ਹੋਏਗਾ ਇਹਦੇ ਵਿੱਚੋਂ ਜਿਹੜੇ ਇਲੈਕਟ੍ਰੋਨਸ ਨੇ ਇੱਕੋ ਡਾਇਰੈਕਸ਼ਨ ਦੇ ਵਿੱਚ ਓਰੀਐਂਟਡ ਹੋ ਜਾਣਗੇ ਠੀਕ ਹੈ ਇੱਕੋ ਡਾਇਰੈਕਸ਼ਨ ਦੇ ਵਿੱਚ ਠੀਕ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਓਕੇ ਇੱਕੋ ਡਾਇਰੈਕਸ਼ਨ ਦੇ ਵਿੱਚ ਓਰੀਐਂਟਡ ਹੋਗੇ ਹੁਣ ਇਹਦੇ ਨਾਲ ਕੀ ਆ ਜਿਹੜਾ ਕਰੰਟ ਏ ਉਹ ਫਲੋ ਕਰਨਾ ਸ਼ੁਰੂ ਕਰ ਦੇਗਾ ਠੀਕ ਹੈ ਤੇ ਜੇ ਫੈਨ ਹੈ ਤੇ ਫੈਨ ਨੇ ਇਹ ਮੂਵ ਕਰਨਾ ਹੈ ਰੋਟੇਟ ਕਰਨਾ ਸ਼ੁਰੂ ਕਰ ਦੂਗਾ ਜੇਕਰ ਬਲਬ ਹੈ ਉਹ ਗਲੋ ਕਰਨਾ ਸ਼ੁਰੂ ਕਰ ਦੇਗਾ ਇਸ ਤਰੀਕੇ ਦੇ ਨਾਲ ਇਹਨੂੰ ਕੀ ਕਹਿੰਦੇ ਆਪਾਂ ਇਲੈਕਟ੍ਰਿਕ ਕਰੰਟ ਠੀਕ ਹੈ ਇਲੈਕਟ੍ਰਿਕ ਕਰੰਟ ਕੀ ਆ ਕਿ ਜਦੋਂ ਸਰਕਟ ক্লোਜ਼ ਹੈ ਤੇ ਉਹ ਸਰਕਟ ਦੇ ਵਿੱਚੋਂ ਜਿਹੜੇ ਇਲੈਕਟ੍ਰਿਕ ਚਾਰਜ ਫਲੋ ਕਰ ਰਿਹਾ ਏ ਉਹਨੂੰ ਆਪਾਂ ਕਹਿੰਦੇ ਆ ਇਲੈਕਟ੍ਰਿਕ ਕਰੰਟ ਠੀਕ ਹੈ ਦੀ ਰੇਟ ਆਫ ਫਲੋ ਆਫ ਇਲੈਕਟ੍ਰਿਕ ਚਾਰਜ ਥਰੂ ਆ ক্লোਜ਼ ਸਰਕਟ ਇਸ कॉल्ड एन ਇਲੈਕਟ੍ਰਿਕ ਕਰੰਟ ਹੁਣ ਮੈਥਮੈਟੀਕਲੀ ਇਹਨੂੰ ਆਪਾਂ ਕਿਸ ਤਰੀਕੇ ਨਾਲ ਲਿਖ ਸਕਦੇ ਆ I Q T Q ਕੀ ਹੈ ਚਾਰਜ ਠੀਕ ਹੈ T ਕੀ ਹੈ ਟਾਈਮ ਓਕੇ ਜਿਹੜਾ ਜਿਹੜਾ ਚਾਰਜ ਫਲੋ ਕਰਦਾ ਪਿਆ ਏ ਵਿਦ ਰਿਸਪੈਕਟ ਟੂ ਟਾਈਮ ਟਾਈਮ ਦੇ ਨਾਲ ਉਹਨੂੰ ਕੀ ਆਪਾਂ ਕਹਿ ਦਾਂਗੇ ਇਲੈਕਟ੍ਰਿਕ ਕਰੰਟ ਕਹ ਦਾਂਗੇ ਹੁਣ ਸਮਾਲ ਆਈ ਦਾ ਮਤਲਬ ਕੀ ਆ ਏਸੀ ਕਰੰਟ ਦੀ ਗੱਲ ਕਰਦੇ ਪਏ ਆ ਇਹ ਕੀ ਆ ਜਿਗਾ ਡੀਕਿਊ ਪਾਵਡ ਡੀਟੀ ਠੀਕ ਹੈ ਡੀਕਿਊ ਪਾਵਡ ਡੀਟੀ ਓਕੇ ਕਿਊ ਨੂੰ ਆਪਾਂ ਆਈ ਇਕੁਅਲ ਟੂ ਕਿਊ ਨੂੰ ਆਪਾਂ ਐਨ ਈ ਵੀ ਲਿਖ ਸਕਦੇ ਆ ਠੀਕ ਹੈ ਕਿਊ ਦੀ ਵੈਲਿਊ ਹੁੰਦੀ ਆ ਨੰਬਰ ਆਫ ਇਲੈਕਟ੍ਰੋਨਸ ਇੰਟੂ ਚਾਰਜ ਆਨ ਇਲੈਕਟ੍ਰੋਨ ਠੀਕ ਹੈ ਡਿਵਾਈਡਡ ਬਾਈ ਟੀ ਓਕੇ ਕਰੰਟ ਦਾ ਪਤਾ ਚੱਲ ਗਿਆ ਕਿ ਕਿਸੇ ਵੀ ক্লোਜ਼ ਸਰਕਟ ਦੇ ਵਿੱਚੋਂ ਜਿਹੜਾ ਚਾਰਜ ਫਲੋ ਕਰਦਾ ਏ ਉਹਨੂੰ ਕੀ ਕਹਿੰਦੇ ਆ ਇਲੈਕਟ੍ਰਿਕ ਕਰੰਟ ਕਹਿੰਦੇ ਆ ਨੈਕਸਟ ਆਗਿਆ ਯੂਨਿਟ ਆਫ ਚਾਰਜ ਹੁਣ ਚਾਰਜ ਦਾ ਯੂਨਿਟ ਕੀ ਹੁੰਦਾ ਹੈ ਚਾਰਜ ਮੈਂ ਤੁਹਾਨੂੰ ਦੱਸਿਆ ਕਿਉ ਹੁੰਦਾ ਹੈ ਚਾਰਜ ਦਾ ਯੂਨਿਟ ਹੁੰਦਾ ਹੈ ਕੋਲੰਬ ਠੀਕ ਹੈ ਚਾਰਜ ਦਾ ਯੂਨਿਟ ਕੀ ਹੁੰਦਾ ਹੈ ਕੋਲੰਬ ਠੀਕ ਹੈ 1 ਕੋਲੰਬ ਕਿਹਦੇ ਇਕੁਅਲ ਹੋਏਗਾ 1 ਕੋਲੰਬ ਇਸ ਇਕੁਅਲ ਟੂ 625 ਗੁਣਾ 16 ਠੀਕ ਹੈ 625 ਗੁਣਾ 10 ਦੀ ਰੇਜ਼ ਪਾਵਰ 10 ਦੀ ਰੇਜ਼ ਪਾਵਰ ਕਿੰਨਾ 16 ਇਲੈਕਟ੍ਰੋਨਸ ਚਾਰਜ ਔਨ ਚਾਰਜ ਔਨ ਇਲੈਕਟ੍ਰੋਨਸ ਠੀਕ ਹੈ ਜਿਹੜਾ ਚਾਰਜ ਹੁੰਦਾ ਏ ਕਿ ਕਿੰਨੇ ਚਾਰਜ ਦੇ ਉੱਤੇ 625 ਗੁਣਾ 10 ਦੀ ਪਾਵਰ 16 ਉਹਨੇ ਇਲੈਕਟ੍ਰੋਨਸ ਤੇ ਜਿਹੜਾ ਚਾਰਜ ਹੋਏਗਾ ਉਹ ਕਿਹਦੇ ਇਕੁਅਲ ਹੋਏਗਾ 1 ਕੂਲਮ ਦੇ ਇਕੁਅਲ ਹੋਏਗਾ 1 ਕੂਲਮ ਦੇ ਇਕੁਅਲ ਹੋਏਗਾ ਓਕੇ ਇਹਨੂੰ ਕੀ ਕਹਿੰਦੇ ਆਂਗੇ 1 ਕੂਲਮ ਹੁਣ ਤੁਹਾਨੂੰ ਕੋਈ ਕੁਐਸਚਨ ਜੇ ਆਜੇ ਪੇਪਰ ਦੇ ਵਿੱਚ 1 ਕੁਲਮ ਕੇ ਦੇ ਇਕ ਵਲੇ ਤੁਸੀਂ ਕਿ ਇਹ ਕਿਦੇ ਲਿਖ ਦੇਣਾ ਚਾਰ ਜੋਨ 625 ਗੁਣਾ 10 16 ਇਲੈਕਟ੍ਰੋਨਸ ਤੇ ਹੁਣ ਇੱਥੇ ਇੱਕ ਚੀਜ਼ ਸਮਝਣ ਵਾਲੀ ਆ ਕਈ ਵਾਰ ਕੀ ਹੁੰਦਾ ਪੁਆਇੰਟ 6 ਦੇ ਦਿੰਦੇ ਆ ਪੁਆਇੰਟ ਸੌਰੀ 6.25 6.25 ਇੰਟੂ ਇਧਰ ਕੀ ਹੋ ਜਾਏਗਾ ਇੱਥੇ 18 ਹੋ ਜਾਏਗਾ ਕਈ ਵਾਰੀ ਇਦਾਂ ਦਾ ਭਲੇਖਾ ਵੀ ਪਾ ਸਕਦੇ ਸੋ ਰੱਟਾ ਨਹੀਂ ਮਾਰਨਾ ਠੀਕ ਹੈ 62.5 ਜੇ ਆਪਾਂ ਕਰ ਦਾਂਗੇ ਇੱਥੇ 10 17 ਆ ਜਾਏਗਾ ਠੀਕ ਹੈ ਜੇ 0.625 ਕਰ ਦਾਂਗੇ ਤੇ ਇਹ ਕਿੰਨਾ ਆ ਜਾਏਗਾ 10 19 ਆ ਜਾਏਗਾ ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ कंफ्यूज ਨਹੀਂ ਹੋਣਾ ਕਦੀ ਵੀ ਓਕੇ ਉਸ ਤੋਂ ਬਾਅਦ ਆ ਜਾਂਦਾ ਇਲੈਕਟ੍ਰਿਕ ਪੋਟੈਂਸ਼ਲ ਠੀਕ ਹੈ ਇੱਕ ਚੀਜ਼ ਆਪਾਂ ਕਰ ਲਈਏ ਹੁਣ ਜਿਹੜਾ ਇਲੈਕਟ੍ਰਿਕ ਕਰੰਟ ਦਾ ਯੂਨਿਟ ਹੈ ਯੂਨਿਟ ਕੀ ਹੈ ਇਲੈਕਟ੍ਰਿਕ ਕਰੰਟ ਦਾ ਇਲੈਕਟ੍ਰਿਕ ਕਰੰਟ ਦਾ ਜਿਹੜਾ ਯੂਨਿਟ ਹੁੰਦਾ ਹੈ ਯੂਨਿਟ ਆਫ ਇਲੈਕਟ੍ਰਿਕ ਕਰੰਟ ਯੂਨਿਟ ਐਂਪੀਅਰ ਐਮਪੀਅਰ ਔਰ ਕੂਲਮ ਬਾਈ ਸੈਕਿੰਡ ਕੂਲਮ ਬਾਈ ਸੈਕਿੰਡ ਕਿਉਂਕਿ ਚਾਰਜ ਦਾ ਯੂਨਿਟ ਕੀ ਹੀ ਕੂਲਮ ਦੱਸਿਆ ਇਹਨਾਂ ਤੁਹਾਨੂੰ ਮੈਂ ਬਾਈ ਟਾਈਮ ਦਾ ਯੂਨਿਟ ਹੁੰਦਾ ਸੈਕਿੰਡ ਕਲੀਅਰ ਇਹ ਇਹਦੇ ਯੂਨਿਟਸ ਨੇ ਇਹਨੂੰ ਧਿਆਨ ਰੱਖਣਾ ਹੈ ਠੀਕ ਹੈ ਕਈ ਵਾਰੀ ਐਂਪੀਅਰ ਨਹੀਂ ਪੁੱਛਦੇ ਉਹ ਕੂਲਮ ਬਾਈ ਸੈਕਿੰਡ ਕਰ ਦਿੰਦੇ ਨੇ ਓਕੇ ਜਿਹੜੀ ਡਿਵਾਈਸ ਆਪਾਂ ਯੂਜ਼ ਕਰਦੇ ਹਾਂ ਉਹ ਐਮੀਟਰ ਹੁੰਦੇ ਆ ਜਿਹੜਾ ਇਨਸਟਰੂਮੈਂਟ ਯੂਜ਼ ਕਰਦੇ ਆਂ ਇਲੈਕਟ੍ਰਿਕ ਕਰੰਟ ਨੂੰ ਮੈਜ਼ਰ ਕਰਨ ਦੇ ਵਾਸਤੇ ਉਹ ਕੀ ਹੁੰਦਾ ਹੈ ਐਮੀਟਰ ਉਹਨੂੰ ਕਹਿੰਦੇ ਆ अगर मैं डिटेल लैक्चर डिलीवर करा नैक्सट की है दलैक्ट्रिक इलैक्ट्रिक पोटेंशियल पोटेंशियल एट अ पॉइंट एट अ पॉइंट इन ईज द इज द इलैक्ट्रिक पोटेंशियल एनर्जी पर यूनिट चार्ज इस दलैक्ट्रिक पोटेंशियल एनर्जी एनर्जी ਪਰ ਯੂਨਿਟ ਚਾਰਜ ਪਰ ਯੂਨਿਟ ਚਾਰਜ ਕਲੀਅਰ ਹੁਣ ਇਹ ਕੀ ਹੈ ਆਪਾਂ ਸਿੰਪਲੀ ਆਪਾਂ ਲਿਖ ਸਕਦੇ ਆ ਇਲੈਕਟ੍ਰਿਕ ਪੋਟੈਂਸ਼ੀਅਲ ਵੀ ਇਕੁਅਲ ਟੂ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਉਹਨੂੰ ਆਪਾਂ ਡਬਲਿਊ ਕਹ ਦਾਂਗੇ ਡਿਵਾਈਡਿਡ ਬਾਈ ਚਾਰਜ ਚਾਰਜ ਹੀ ਕਿਹਾ ਹੈ ਨਾ ਹੁਣ ਇਹਦਾ ਜਿਹੜਾ ਯੂਨਿਟ ਹੋਏਗਾ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਉਹ ਹੋਏਗਾ ਵੋਲਟ ਕੀ ਹੋਏਗਾ ਵੋਲਟ ਹੋਏਗਾ ਕਲੀਅਰ ਹੁਣ ਜਿਹੜਾ એનર્ਜੀ ਆ એનર્ਜੀ ਦਾ ਯੂਨਿਟ ਕੀ ਹੁੰਦਾ ਜੌਲੁੰਦਾਏ ਠੀਕ ਹੈ ਡਿਵਾਈਡਡ ਬਾਈ ਚਾਰਜ ਦਾ ਜੁਨਿਟ ਕੀ ਹੁੰਦਾ ਕੋਲੰਬ ਹੁੰਦਾ ਹੈ ਆਪਾਂ ਇਹਨੂੰ ਜੇ ਬਾਈ ਸੀ ਵੀ ਲਿਖ ਸਕਦੇ ਹਾਂ ਜੇ ਬਾਈ ਸੀ ਵੀ ਇਹਦਾ ਜਿਹੜਾ ਯੂਨਿਟ ਹੋ ਸਕਦਾ ਹੈ ਕਲੀਅਰ ਜਿਹੜਾ ਇਨਸਟਰੂਮੈਂਟ ਯੂਜ਼ ਕਰਦੇ ਆ ਇਲੈਕਟ੍ਰਿਕ ਪੋਟੈਂਸ਼ੀਅਲ ਨੂੰ ਮੈਜ਼ਰ ਕਰਨ ਵਾਸਤੇ ਉਹ ਕਿਹੜਾ ਹੁੰਦਾ ਹੈ ਐਮੀਟਰ ਦੇ ਨਾਲ ਹੀ ਇਹਨੂੰ ਆਪਾਂ ਮੈਜ਼ਰ ਕਰ ਲੈਣੇ ਆ ਇੱਕ ਚੀਜ਼ ਹੋਰ ਵੋਲਟੇਜ ਠੀਕ ਹੈ ਵੋਲਟੇਜ ਨੂੰ ਇਲੈਕਟ੍ਰਿਕ ਪ੍ਰੈਸ਼ਰ ਵੀ ਆਖਿਆ ਜਾਂਦਾ ਹੈ ਵੋਲਟੇਜ ਨੂੰ ਇਲੈਕਟ੍ਰਿਕ ਪ੍ਰੈਸ਼ਰ ਵੀ ਆਖਦੇ ਨੇ ਠੀਕ ਹੈ ਵੋਲਟੇਜ ਇਸ ਇਕੁਅਲ ਟੂ ਇਲੈਕਟ੍ਰਿਕ ਪ੍ਰੈਸ਼ਰ ਕਲੀਅਰ ਵੋਲਟੇਜ ਦਾ ਯੂਨਿਟ ਵੀ ਜਿਹੜਾ ਹੁੰਦਾ ਹੈ ਉਹ ਵੋਲਟਸ ਹੀ ਹੁੰਦਾ ਹੈ ਠੀਕ ਹੈ ਵੋਲਟ ਹੀ ਹੋਏਗਾ ਨੈਕਸਟ ਆ ਗਿਆ ਪੋਟੈਂਸ਼ੀਅਲ ਡਿਫਰੈਂਸ ਪੋਟੈਂਸ਼ੀਅਲ ਡਿਫਰੈਂਸ ਕੀ ਆ ਕਿ ਜੇਕਰ ਦੋ ਸਾੜੇ ਕੋ ਚਾਰਜ ਬਾਡੀਜ਼ ਨੇ ਠੀਕ ਹੈ ਇੱਕ 5 ਵੋਲਟ ਦੇ ਨਾਲ ਚਾਰਜ ਹੈ ਇੱਕ 3 ਵੋਲਟ ਹੈ ਠੀਕ ਹੈ ਇੱਕ ਚਾਰਜ ਬਾਡੀਜ਼ ਹੈ ਜੇਕਰ ਇਹਨਾਂ ਨੂੰ ਆਪਾਂ ਆਪਸ ਵਿੱਚ ਕਨੈਕਟ ਕਰ ਦਾਂਗੇ ਇਹਦੇ ਵਿੱਚ ਕਰੰਟ ਫਲੋ ਕਰਨਾ ਸ਼ੁਰੂ ਕਰਤੇਗਾ ਠੀਕ ਹੈ ਕਰੰਟ ਉਨੀ ਦੇਰ ਤੱਕ ਫਲੋ ਹੁੰਦਾ ਰਹੇਗਾ ਜਿੰਨੇ ਦੇਰ ਤੱਕ ਇਹਨਾਂ ਦੋਵਾਂ ਬੋਡੀਜ਼ ਦਾ ਜਿਹੜਾ ਪੋਟੈਂਸ਼ੀਅਲ ਇਹ ਉਹ ਇਕੁਅਲ ਨਹੀਂ ਹੋ ਜਾਂਦਾ ਠੀਕ ਹੈ ਸੇਮ ਨਹੀਂ ਹੋ ਜਾਂਦਾ ਹੁਣ ਦੇਖੋ ਘਰ ਦੇ ਵਿੱਚ ਜਿਹੜਾ ਬਲਬ ਲੱਗਾ ਹੈ ਉਹ 220 ਵੋਲਟ ਮਤਲਬ ਸਪਲਾਈ ਤੇ ਚੱਲਦਾ ਹੈ 220 ਵੋਲਟ ਦਾ ਮਤਲਬ ਕੀ ਆ ਉਹਦੇ ਇੱਕ ਪੁਆਇੰਟ ਦੇ ਉੱਤੇ 220 ਵੋਲਟ ਹੈ ਤੇ ਦੂਸਰੇ ਪੁਆਇੰਟ ਦੇ ਉੱਤੇ ਦੂਸਰੇ ਪੁਆਇੰਟ ਦੇ ਉੱਤੇ ਕਿੰਨਾ ਹੈ 0 ਵੋਲਟ ਹੈ ਠੀਕ ਹੈ ਜਿਹੜਾ ਦੋਨਾਂ ਦਾ ਡਿਫਰੈਂਸ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ 220 ਵੋਲਟ ਹੁੰਦਾ ਹੈ ਕਲੀਅਰ ਆਪਾਂ V/R ਲਿਖ ਦਿੰਨੇ ਆ ਠੀਕ ਹੈ V/R ਲਿਖ ਦਿੰਨੇ ਆ V ਦਾ ਮਤਲਬ ਹੁੰਦਾ V1 V2 ਠੀਕ ਹੈ ਇੱਕ ਕਿੰਨਾ ਚਾਰਜ ਹੈ ਠੀਕ ਹੈ I ਦੇ ਇਕੁਅਲ ਹੁੰਦਾ V/R ਦੇ 1 220 V ਹੈ V1 ਪੁਆਇੰਟ ਦੇ ਉੱਤੇ 220 V ਹੈ ਦੂਸਰਾ ਕਿੰਨਾ 0 ਇਸ ਕਰਕੇ ਕੀ ਆ ਆਪਾਂ V/R ਹੀ ਲਿਖ ਦਿੰਦੇ ਆ ਓਕੇ ਦੋ ਪੁਆਇੰਟਸ ਦੇ ਵਿੱਚ ਜਿਹੜਾ ਡਿਫਰੈਂਸ ਆ ਉਹੀ ਵੋਲਟਮੀਟਰ ਜਿਹੜਾ ਮੈਜ਼ਰ ਕਰਦਾ ਏ ਕਲੀਅਰ ਹੋ ਗਿਆ ਹੁਣ ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਏ ਜੇਕਰ ਸ਼ਾਰਟ ਸਰਕਟ ਹੈ ਠੀਕ ਹੈ ਸਪੋਜ਼ ਕਰੇ ਸ਼ਾਰਟ ਸਰਕਟ ਹੈ ਇੱਥੇ ਜੇਕਰ ਆਪਾਂ ਵੋਲਟਮੀਟਰ ਦੇ ਨਾਲ ਵੋਲਟੇਜ ਮੈજર ਕਰਨ ਦੀ ਕੋਸ਼ਿਸ਼ ਕਰਾਂਗੇ ਵੋਲਟਮੀਟਰ ਦੀ ਜਿਹੜੀ ਵੋਲਟੇਜ ਹੈ ਉਹ ਜ਼ੀਰੋ ਸ਼ੋਅ ਕਰੇਗਾ ਵੋਲਟਮੀਟਰ ਕਿੰਨੀ ਵੋਲਟੇਜ ਸ਼ੋਅ ਕਰੇਗਾ ਜ਼ੀਰੋ ਵੋਲਟ ਸ਼ੋਅ ਕਰੇਗਾ ਇਹਨੂੰ ਧਿਆਨ ਰੱਖਣਾ ਜੀ ਵੋਲਟਮੀਟਰ ਹਮੇਸ਼ਾ ਉਦੋਂ ਰੀਡਿੰਗ ਦੇਏਗਾ ਸਾਨੂੰ ਜਦੋਂ ਸਰਕਟ ਜਿਹੜਾ ਵਾ ਓਪਨ ਹੈ ਜਾਂ ਕਿਸੇ ਪੁਆਇੰਟ ਕਿਸੇ ਅਪਲਾਈਂਸ ਤੇ ਅਕ੍ਰੋਸ ਜਾਂ ਕਿਸੇ ਡਿਵਾਈਸ ਤੇ ਅਕ੍ਰੋਸ ਇਹਨੂੰ ਕਨੈਕਟ ਕੀਤਾ ਹੋਇਆ ਹੈ ਜੇ ਸਿੰਪਲ ਆਪਾਂ ਤਾਰ ਤੇ ਕਨੈਕਟ ਕਰ ਦਾਂਗੇ ਤੇ ਫਿਰ ਜਿਹੜਾ ਸਾਨੂੰ ਰੀਡਿੰਗ ਸ਼ੋ ਕਰੇਗਾ ਜ਼ੀਰੋ ਰੀਡਿੰਗ ਸ਼ੋ ਕਰੇਗਾ ਕਿਉਂਕਿ ਕਰੰਟ ਦੀ ਇੱਕ ਨਾ ਟੈਂਡੈਂਸੀ ਹੁੰਦੀ ਹੈ ਇਟ ਆਲਵੇਜ਼ ਫੋਲੋਸ ਲੋ ਰਜਿਸਟਰੀ ਪਾਥ ਉਹਨੇ ਹਮੇਸ਼ਾ ਲੋ ਰਜਿਸਟਰੀ ਪਾਥ ਨੂੰ ਫੋਲੋ ਕਰਦਾ ਹੈ ਠੀਕ ਹੈ ਕੁਐਸਚਨ ਕਈ ਵਾਰੀ ਆ ਜਾਂਦਾ ਹੈ ਕੁਐਸਚਨ ਕਈ ਵਾਰੀ ਆ ਜਾਏਗਾ ਕਈ ਇੱਕ ਵਾਰੀ ਕੁਐਸਚਨ ਆਇਆ ਸੀ ਇਸ ਤਰੀਕੇ ਦੇ ਨਾਲ ਦੋ ਰਜਿਸਟਰ ਇਹਨਾਂ ਕਨੈਕਟ ਕੀਤੇ ਸੀ ਇੱਥੇ ਓਪਨ ਕਰਤਾ ਠੀਕ ਹੈ ਤੇ ਨਾਲ ਹੀ ਉਹਨਾਂ ਨੇ 220 ਵੋਲਟ ਇੱਥੇ ਲਿਖਤਾ ਸੀ ਇੱਥੇ V1 V2 ਤੇ ਇਥੇ ਇੱਕ ਵੋਲਟਮੀਟਰ ਕਨੈਕਟ ਕਰਤਾ ਜੀ ਤੇ ਕਹਤਾ ਵੀ V3 ਦੀ ਵੈਲਿਊ ਫਾਈਂਡ ਕਰੋ ਠੀਕ ਹੈ ਇਹਦੀ ਵੈਲਿਊ ਦਿੱਤੀ ਹੋਈ ਹੈ ਇਹਦੀ ਵੈਲਿਊ ਤੈਨੂੰ ਸਪੋਜ਼ ਕਰੋ ਦੇਤੀ ਇਹਦੀ 4 ਓਮ ਵੈਲਿਊ ਦੇਤੀ ਅਨੇ ਕਹਤਾ ਵੋਲਟਮੀਟਰ ਇਥੇ ਕਨੈਕਟ ਕੀਤਾ ਇਹਦੀ ਵੈਲਿਊ ਦੱਸੋ ਠੀਕ ਹੈ ਇਹਦੀ ਵੈਲਿਊ ਕਿਹਦੇ ਇਕੁਅਲ ਆ ਜਣੀ ਸੀ ਇਸ ਵੋਲਟੇਜ ਦੇ ਇਕੁਅਲ ਕਿਉਂਕਿ ਸਰਕਟ ਜਿਹੜਾ ਓਪਨ ਹੈ ਕਲੀਅਰ ਨੈਕਸਟ ਹੈ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਟੀ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਟੀ ਇਹਦਾ ਰਿਲੇਸ਼ਨ ਹੁੰਦਾ ਹੈ I N ਨੰਬਰ ਆਫ ਇਲੈਕਟ੍ਰੋਨਸ ਠੀਕ ਹੈ ਓਕੇ ਇਹਦਾ ਕੀ ਹੈ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਇਜ਼ ਐਨ ਐ ਕੀ ਹੈ ਇ ਇਹ ਚਾਰਜ ਔਨ ਈਚ ਇਲੈਕਟ੍ਰੋਨ ਜਿੰਨੇ ਵੀ ਇਲੈਕਟ੍ਰੋਨਸ ਹੋਣਗੇ ਉਹਨਾਂ ਦੇ ਤੇ ਜਿਹੜਾ ਚਾਰਜ ਲੱਗਦਾ ਪਿਆ ਏ ਕੀ ਹੈ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਦੀ ਵਾਇਰ ਜਿਹੜੀ ਵਾਇਰ ਹੈ ਉਹਦਾ ਕ੍ਰੋਸ ਸੈਕਸ਼ਨਲ ਏਰੀਆ ਤੇ ਨੈਕਸਟ ਕੀ ਹੈ ਵੀਡੀ ਵੀ ਤੇ ਡੀ ਵੀਡੀ ਕੀ ਹੈ ਡ੍ਰਿਫਟ ਵੈਲੋਸਟੀ ਆਫ ਫ੍ਰੀ ਇਲੈਕਟ੍ਰੋਨ ਡ੍ਰਿਫਟ ਵੈਲੋਸਿਟੀ ਆਫ ਫ੍ਰੀ ਇਲੈਕਟ੍ਰੋਨਸ ਠੀਕ ਹੈ ਇਹਦੇ ਵਿੱਚ ਹੁਣ ਏਰੀਆ ਵੀ ਕਨਸਟੈਂਟ ਹੈ ਜਿਹੜੇ ਇਲੈਕਟ੍ਰੋਨਸ ਦੇ ਉੱਤੇ ਚਾਰਜ ਇਹ ਵੀ ਕਨਸਟੈਂਟ ਹੋਏਗਾ ਤੇ ਨੰਬਰ ਆਫ ਇਲੈਕਟ੍ਰੋਨਸ ਵੀ ਵਾਇਰ ਦੇ ਵਿੱਚ ਕਨਸਟੈਂਟ ਹੀ ਹੋਣਗੇ ਸੋ ਜਿਹੜਾ ਕਰੰਟ ਹੁੰਦਾ ਹੈ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ VD ਦੇ ਠੀਕ ਹੈ ਕਰੰਟ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ VD VD ਕੀ ਆ ਡ੍ਰਿਫਟ ਵੈਲੋਸਿਟੀ ਆਫ ਫ੍ਰੀ ਇਲੈਕਟ੍ਰੋਨਸ ਓਕੇ ਇਹਨੂੰ ਧਿਆਨ ਰੱਖਣਾ ਹੈ ਤੁਸੀਂ ਇਸ ਚੀਜ਼ ਦਾ ਨੈਕਸਟ ਹੈ resistance ਜੇ ਰਿਸਟੈਂਸ ਨੂੰ ਆਪਾਂ ਸਮਝੀਏ ਤੇ ਕੀ ਹੁੰਦੀ ਹੈ ਵੈਸੇ ਇਹਦੀ ਡੈਫੀਨੇਸ਼ਨ ਵੀ ਦੱਸ ਦਿੰਦਾ ਵਾਂ ਪਹਿਲਾਂ ਡੈਫੀਨੇਸ਼ਨ ਲਿਖਾ ਕੇ ਫਿਰ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੇ ਵਿੱਚ ਵੀ ਇਹਨੂੰ ਦੱਸਦਾਗਾ ਦੀ ਓਪੋਜੀਸ਼ਨ ਆਫਰਡ ਬਾਈ ਆਫਰਡ ਬਾਈ ਆ ਸਬਸਟੈਂਸ ਸਬਸਟੈਂਸ ਟੂ ਦੀ ਫਲੋ ਆਫ ਟੂ ਦੀ ਫਲੋ ਆਫ ਇਲੈਕਟ੍ਰਿਕ ਕਰੰਟ ਇਸ ਕਾਲਡ ਰਿਸਟੈਂਸ ਇਲੈਕਟ੍ਰਿਕ ਕਰੰਟ ওকে ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਨੂੰ ਰਜਿਸਟੈਂਸ ਕਹਿੰਦੇ ਨੇ ਰਜਿਸਟੈਂਸ ਕੀ ਆ ਰਜਿਸਟੈਂਸ ਨੂੰ ਪੰਜਾਬੀ 'ਚ ਕਹਿੰਦੇ ਨੇ ਪ੍ਰਤੀਰੋਧ ਕੀ ਕਹਿੰਦੇ ਨੇ ਪ੍ਰਤੀਰੋਧ ਠੀਕ ਹੈ ਇਸ ਤਰੀਕੇ ਨਾਲ ਲਿਖਦੇ ਆ ਪੰਜਾਬੀ 'ਚ ਰੋਧ ਪ੍ਰਤੀਰੋਧ ਦਾ ਮਤਲਬ ਹੁੰਦਾ ਵਾ ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਪਾਉਣਾ ਕਰੰਟ ਨੂੰ ਫਲੋ ਹੋਣ ਤੋਂ ਰੋਕਣਾ ਠੀਕ ਹੈ ਜਿਹੜੀ ਚੀਜ਼ ਕਿਸੇ ਵਾਇਰ ਦੇ ਵਿੱਚ ਕਹਿ ਲਓ ਜਾਂ ਕਿਸੇ ਸਰਕਟ ਦੇ ਵਿੱਚ ਕਹਿ ਲਓ ਜਿਹੜੀ ਕਰੰਟ ਨੂੰ ਫਲੋ ਹੋਣ ਤੋਂ ਰੋਕਦੀ ਆ ਕਰੰਟ ਨੂੰ ਮਤਲਬ ਆਪੋਜ਼ ਕਰੇਗੀ ਉਹਨੂੰ ਕੀ ਕਹਿੰਦੇ ਨੇ ਰੈジਸਟੈਂਸ ਕਹਿੰਦੇ ਨੇ ਠੀਕ ਹੈ ਕਲੀਅਰ ਹੋ ਗਿਆ ਹੁਣ ਰੈジਸਟੈਂਸ ਦਾ ਜਿਹੜਾ ਸਿੰਬਲ ਹੁੰਦਾ ਏ ਇਹ ਵਾਲਾ ਰੈジਸਟੈਂਸ ਦਾ ਕੀ ਏ ਸਿੰਬਲ ਏ ਠੀਕ ਹੈ ਇਹਨੂੰ R ਓਕੇ ਇਹਨੂੰ R ਲਿਖਤਾ ਠੀਕ ਹੈ ਹੁਣ ਜਿਹੜਾ ਰੈジਸਟੈਂਸ ਏ ਇਹ ਕੀ ਏ ਇਹ ਪੈਸਿਵ ਐਲੀਮੈਂਟ ਏ ਕਿਹੜਾ ਐਲੀਮੈਂਟ ਏ ਪੈਸਿਵ ਐਲੀਮੈਂਟ ਇਹਦੇ ਨਾਲ ਰਿਲੇਟਡ ਕੁਸ਼ਚਨ ਜਿਹੜੇ ਆ ਪੇਪਰ ਚ ਆ ਸਕਦਾ ਏ ਕਿ ਰਜਿਸਟੈਂਸ ਦਿੱਤਾ ਆਏਗਾ ਨਾਲ ਕੋਈ ਐਕਟਿਵ ਸੋਰਸ ਜਾਂ ਐਕਟਿਵ ਐਲੀਮੈਂਟ ਦਿੱਤੇ ਹੋਣਗੇ ਠੀਕ ਹੈ ਇੱਥੇ ਐਲੀਮੈਂਟ ਨੂੰ ਲਿਖਣਾ ਪੈਸਿਵ ਵਾਲੀ ਤੇ ਉਹਦੇ ਵਿੱਚ ਪੁੱਛ ਲੈਣਗੇ ਕਿ ਰਜਿਸਟਰ ਕੀ ਆ ਉਹਦੇ ਵਿੱਚ ਆਪਸ਼ਨਸ ਹੋਣਗੇ ਐਕਟਿਵ ਐਲੀਮੈਂਟ ਪੈਸਿਵ ਐਲੀਮੈਂਟ ਇਸ ਤਿੱਕੇ ਦੇ ਨਾਲ ਹੋਣਗੀਆਂ ਠੀਕ ਹੈ ਇੱਕ ਇਹ ਪੈਸਿਵ ਐਲੀਮੈਂਟ ਹੈ ਓਕੇ ਇਹਦਾ ਜੁਨਿਟ ਹੁੰਦਾ ਏ ਇਹਦਾ ਜੁਨਿਟ ਹੁੰਦਾ ਏ ਵੋਲਟ ਸੌਰੀ ਓਮ ਠੀਕ ਹੈ ਇਹਦਾ ਯੂਨਿਟ ਹੈ ਓਮ ਇਹਦਾ ਜਿਹੜਾ ਸਿੰਬਲ ਹੈ ਯੂਨਿਟ ਦਾ ਸਿੰਬਲ ਹੈ ਉਹ ਕੀ ਹੈ ਉਹ ਹੈਗਾ ਇਹ ਵਾਲਾ ਠੀਕ ਹੈ ਏ ਓਮ ਓਮ ਸਿੰਬਲ ਹੁੰਦਾ ਹੈ ਇਹਦਾ ਕਲੀਅਰ ਹੁਣ ਇਹ ਫੈਕਟਰ ਕਿਹੜੇ-ਕਿਹੜੇ ਹੁੰਦੇ ਨੇ ਜਿੰਨਾ ਤੇ ਇਫੈਕਟ ਕਰਦਾ ਹੈ ਰੈਜ਼ਿਸਟੈਂਸ ਜਿਹੜੀ ਇਫੈਕਟ ਮਤਲਬ ਕਰੇਗੀ ਉਹ ਕਿਹੜੇ-ਕਿਹੜੇ ਫੈਕਟਰ ਨੇ ਜਿਹੜੇ ਰੈਜ਼ਿਸਟੈਂਸ ਨੂੰ ਡਿਟਰਮਨ ਕਰਦੇ ਨੇ ਫੈਕਟਰ ਅਫੈਕਟਿੰਗ ਰੈਜ਼ਿਸਟੈਂਸ ਫੈਕਟਰ ਅਫੈਕਟਿੰਗ ਰੈਜ਼ਿਸਟੈਂਸ ਠੀਕ ਹੈ ਸ਼ਾਰਟ ਹੈਂਡ ਨੋਟਸ ਨਾਲ ਦੀ ਨਾਲ ਪ੍ਰਪੇਅਰ ਕਰੀ ਜਾਓ ਔਰ ਰਜਿਸਟੈਂਸ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ ਆਫ ਦੀ ਕੰਡਕਟਰ ਜੇ ਕਿਸੇ ਕੰਡਕਟਰ ਦੀ ਲੈਂਥ ਨੂੰ ਵਧਾਵਾਂਗੇ ਰਜਿਸਟੈਂਸ ਵੀ ਵਧੇਗੀ ਕਲੀਅਰ ਨੰਬਰ 2 ਰਜਿਸਟੈਂਸ ਆਫ ਅ ਮਟੀਰੀਅਲ ਇਸ ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਕ੍ਰੋਸ ਸੈਕਸ਼ਨ ਜੇਕਰ ਕਿਸੇ ਕੰਡਕਟਰ ਦੀ ਮੋਟਾਈ ਨੂੰ ਵਧਾਵਾਂਗੇ ਤੇ ਉਹਦੀ ਰਜਿਸਟੈਂਸ ਜਿਹੜੀ ਹੈ ਘਟ ਜਾਏਗੀ ਇਨਵਰਸਲੀ ਪ੍ਰੋਪੋਰਸ਼ਨਲ ਹੈ ਨਾ ਜੇ ਕੰਡਕਟਰ ਨੂੰ ਮੋਟਾ ਕਰਾਂਗੇ ਉਹਦੀ ਰਜਿਸਟੈਂਸ ਘਟੀ ਜਾਏਗੀ ਜੇ ਉਹਨੂੰ ਲੰਬਾ ਕਰਾਂਗੇ ਉਹਦੀ ਰਜਿਸਟੈਂਸ ਵਧੀ ਜਾਏਗੀ ਨੈਕਸਟ ਆ ਜਾਂਦਾ ਵਾ ਨੇਚਰ ਆਫ ਮਟੀਰੀਅਲ ਨੇਚਰ ਆਫ ਮਟੀਰੀਅਲ ਮਟੀਰੀਅਲ ਦੀ ਨੇਚਰ ਤੇ ਵੀ ਡਿਪੈਂਡ ਕਰਦਾ ਹੈ ਠੀਕ ਹੈ ਨੇਚਰ ਆਫ ਮਟੀਰੀਅਲ ਦਾ ਮਤਲਬ ਇਹ ਆ ਕਿਹੜਾ ਮਟੀਰੀਅਲ ਆਪਾਂ ਯੂਜ਼ ਕਰਦੇ ਪਏ ਉਹਨੂੰ ਕਾਪਰ ਦੀ ਰਜਿਸਟੈਂਸ ਹੋਰ ਹੈ ਐਲੂਮੀਨੀਅਮ ਦੀ ਹੋਰ ਹੈ ਸੋ ਇਹ ਤੇ ਵੀ ਡਿਪੈਂਡ ਕਰੇਗਾ ਚਾਰ ਕੀ ਹੈ ਟੈਂਪਰੇਚਰ ਠੀਕ ਹੈ ਮੈਂ ਅੱਗੇ ਦੱਸ ਦਿੰਨਾ ਟੈਂਪਰੇਚਰ ਦਾ ਕੀ ਇਫੈਕਟ ਹੁੰਦਾ ਹੈ ਰਜਿਸਟੈਂਸ ਤੇ ਉੱਤੇ ਓਕੇ ਨੈਕਸਟ ਹੈ ਰਜਿਸਟਿਵਿਟੀ ਔਰ ਸਪੈਸੀਫਿਕ ਰਜਿਸਟੈਂਸ ਰਜਿਸਟਿਵਿਟੀ ਔਰ ਸਪੈਸੀਫਿਕ ਰਜਿਸਟੈਂਸ ਇਹ ਕੀ ਹੁੰਦੀ ਹੈ ਠੀਕ ਹੈ ਇਟ ਇਜ਼ ਆ it is a it is a resistance of offered by it is a resistance offered by offered by 1 meter length 1 meter length of wire material having material having one ਹੈਵਿੰਗ ਏਰੀਆ ਆਫ ਕ੍ਰੋਸ ਸੈਕਸ਼ਨ ਏਰੀਆ ਆਫ ਕ੍ਰੋਸ ਸੈਕਸ਼ਨ ਜਾਂ ਐਕਸ ਸੈਕਸ਼ਨ ਜੋ ਵੀ ਲਿਖ ਲਿਖ ਦੋਨੋਂ ਹੀ ਸੇਮ ਹੀ ਆ ਸੈਕਸ਼ਨ ਆਫ 1 ਮੀਟਰ ਸਕੁਅਰ 1 ਮੀਟਰ ਸਕੁਅਰ ਸਿੰਪਲੀ ਇਹਦੇ ਵਿੱਚ ਕੀ ਕਿਹਾ ਗਿਆ ਏ ਕਿ ਇੱਕ ਮਟੀਰੀਅਲ ਏ ਕੰਡਕਟਰ ਏ ਸਪੋਜ਼ ਕਰੋ ਉਹਦਾ ਜਿਹੜਾ ਕ੍ਰੋਸ ਸੈਕਸ਼ਨਲ ਏਰੀਆ ਏ ਉਹ 1 ਮੀਟਰ ਸਕੁਅਰ ਏ ਠੀਕ ਏ ਤੇ ਉਹਦੀ ਜਿਹੜੀ ਲੈਂਥ ਏ 1 ਮੀਟਰ ਏ ਠੀਕ ਏ ਜਦੋਂ ਉਹਦੇ ਵਿੱਚ ਕਰੰਟ ਫਲੋ ਕਰਾਂਗੇ ਤੇ ਉਹ ਜਿੰਨੀ ਰੈਜ਼ਿਸਟੈਂਸ ਆਫਰ ਕਰੇਗਾ उन्होंने की कह देंगे कि स्पैसीफिक रजिस्टेंस वो की होएगी उस कंडक्टर की स्पैसीफिक रजिस्टेंस होगी हूँ यह यूनिट होंद यूनिट होएगा ओम मीटर ओम मीटर क्लीयर ये की है यूनिट इस रजिस्टिविटी और स्पैसीफिक रजिस्टेंस का नैक्सट है कंडक्टेंस कंडक्टेंस की होंगी है जी गल करिए रैसी प्रोकल ऑफ रजिस्टेंस रैसी प्रोकल ऑफ reciprocal of resistance ਹੁਣ ਰੈਸੀਪ੍ਰੋਕਲ ਦਾ ਮਤਲਬ ਕੀ ਆ ਰੈジਸਟੈਂਸ ਦਾ ਕੰਮ ਹੁੰਦਾ ਹੈ ਕਰੰਟ ਨੂੰ ਰੋਕਣਾ ਠੀਕ ਹੈ ਕਰੰਟ ਦੇ ਰਸਤੇ ਦੇ ਵਿੱਚ ਰੁਕਾਵਟ ਤੇ ਕੰਡਕਟੈਂਸ ਦਾ ਕੰਮ ਕੀ ਹੁੰਦਾ ਹੈ ਇੰਡਿਊਸਮੈਂਟ ਦੇਣਾ ਕਰੰਟ ਨੂੰ ਕਰੰਟ ਨੂੰ ਫਲੋ ਹੋਣ ਦੇ ਵਿੱਚ ਹੈਲਪ ਕਰਨਾ ਕਲੀਅਰ ਇਹ ਮਤਲਬ ਕੀ ਹੈ ਰੈジਸਟੈਂਸ ਦੇ ਉਲਟ ਹੈ ਜੀ ਕੀ ਹੈ ਜੀ ਦੇ ਨਾਲ ਆਪਾਂ ਕੰਡਕਟਰਸ ਨੂੰ ਡਿਨੋਟ ਕਰਦੇ ਆ ਠੀਕ ਹੈ ਜੀ ਸਿੰਬਲ ਹੈ ਕੰਡਕਟੈਂਸ ਦਾ ਕਲੀਅਰ ਹੋ ਗਿਆ ਸਿੰਪਲੀ ਇਹ के रेसिप्रोकल ऑफ रेजिस्टेंस इज कॉल्ड कंडक्टेंस ਤੇ ਇਹ ਵੀ ਰੈਸੀਪਰੋਕਲ ਵਾ ਕਿਹਦੀ ਕੰਡਕਟਿਵਿਟੀ ਦੀ ਠੀਕ ਹੈ ਰਜਿਸਟਿਵਿਟੀ ਦੀ ਸੌਰੀ ਕੰਡਕਟਿਵਿਟੀ ਕੀ ਆ ਰੈਸੀਪਰੋਕਲ ਹੁੰਦੀ ਆ ਕੰਡਕਟਿਵਿਟੀ ਦੇ ਠੀਕ ਹੈ ਕੰਡਕਟਿਵ ਕੰਡਕਟਿਵਿਟੀ ਇਸ ਆ ਰੈਸੀਪਰੋਕਲ ਆਫ ਰਜਿਸਟਿਵਿਟੀ ਠੀਕ ਹੈ ਕੰਡਕਟਿਵਿਟੀ ਇਸ ਰੈਸੀਪਰੋਕਲ ਆਫ ਰਜਿਸਟਿਵਿਟੀ ਓਕੇ ਰਜਿਸਟਿਵਿਟੀ ਦੇ ਉਲਟ ਹੋਏਗੀ ਜੇ ਰਜਿਸਟਿਵਿਟੀ ਦਾ ਕੰਮ ਕੀ ਆ ਕਿ ਮਤਲਬ ਇਹ ਡਿਸਾਈਡ ਕਰਦੀ ਆ ਕਿ ਉਹਦੀ ਕਿੰਨੀ ਰਜਿਸਟੈਂਸ ਹੋਏਗੀ ਤੇ ਇਹ ਡਿਸਾਈਡ ਕਰੇਗੀ ਕਿ ਉਹ ਕਿੰਨਾ ਮਤਲਬ ਉਹਨੂੰ ਕਰੰਟ ਨੂੰ ਫਲੋ ਕਰਾਉਣ ਦੇ ਵਿੱਚ ਹੈਲਪ ਕਰੇਗੀ ਓਕੇ ਤੇ ਇਹਦਾ ਜਿਹੜਾ ਯੂਨਿਟ ਹੁੰਦਾ ਏ ਇਹ ਆ ਮੋਹ ਔਰ ਸੀਮੰਸ ਔਰ ਸੀਮੰਸ ਓਕੇ ਤੇ ਇਹਦਾ ਜਿਹੜਾ ਯੂਨਿਟ ਏ ਇਹ ਕੀ ਹੋਏਗਾ ਏ ਹੋਏਗਾ ਇਹਦਾ ਪਹਿਲਾਂ ਤੇ ਇਹਨੂੰ ਡਿਨੋਟ ਕਿੰਨਾ ਕਰਦੇ ਆ ਇਹਨੂੰ ਜੀ ਦੇ ਨਾਲ ਕੀਤਾ ਇਹਨੂੰ ਆਪਾਂ sigma ਦੇ ਨਾਲ ਕਰਾਂਗੇ ठीक है इधर जो यूनिट है एक ही है सीमन और मोह सीमन और मोह पर मीटर पर मीटर क्लियर एस बाय एम या लिख दो एस एस एम द पावर माइनस वन क्लियर नेक्स्ट ओम जिला ओम की कहता है ओम जिला कहता है कि जो साढ़े कोई एलीमेंट है ਜਿਦੋਂ ਉਹਦੇ ਵਿੱਚ ਕਰੰਟ ਫਲੋ ਕਰਵਾਵਾਂਗੇ ਜਿਹੜਾ ਕਰੰਟ ਹੋਏਗਾ ਉਹ ਕੀ ਹੋਏਗਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਵੋਲਟੇਜ ਤੇ ਠੀਕ ਹੈ ਜਿੰਨਾ ਉਹਦੇ ਵਿੱਚ ਕਰੰਟ ਫਲੋ ਕਰਦਾ ਪਿਆ ਹੈ ਸਪੋਜ਼ ਕਰੋ ਹੁਣ ਇਹਦੇ ਵਿੱਚੋਂ ਇਸ ਸਾਈਡ ਤੇ ਕਰੰਟ ਏ ਇਹ ਕੀ ਹੈ ਵੋਲਟੇਜ ਹੈ ਠੀਕ ਹੈ ਜਿੰਨੀ ਆਪਾਂ ਵੋਲਟੇਜ ਦੇ ਰਹੇ ਹਾਂ ਉਹਦੇ ਪ੍ਰੋਪੋਰਸ਼ਨਲੀ ਜਿਹੜਾ ਕਰੰਟ ਏ ਫਲੋ ਕਰਦਾ ਪਿਆ ਹੈ ਓਕੇ ਪ੍ਰੋਪੋਰਸ਼ਨਲ ਦਾ ਮਤਲਬ ਹੁੰਦਾ ਏ ਕਿ ਜੇਕਰ ਕਰੰਟ ਦੀ ਵੈਲਿਊ 1 ਵੋਲਟੇਜ ਦੀ ਵੈਲਿਊ 1 ਕਰ ਦਈਏ ਤੇ ਕਰੰਟ ਦੀ ਵੈਲਿਊ 1 ਹੋਏਗੀ ਜੇ ਵੋਲਟੇਜ ਦੀ ਵੈਲਿਊ 2 ਹੈ ਕਰੰਟ ਦੀ ਵੈਲਿਊ 1 ਨੇ ਠੀਕ ਹੈ ਇਸੇ ਤਰੀਕੇ ਨਾਲ ਵੋਲਟੇਜ ਦੀ ਵੈਲਿਊ ਜੇ 3 ਕਰ ਦਾਂਗੇ ਉਹਦੇ ਪ੍ਰੋਪੋਰਸ਼ਨਲੀ ਜਿਹੜਾ ਕਰੰਟ ਵੀ ਇਨਕਰੀਜ਼ ਹੋ ਜਾਏਗਾ ਓਕੇ ਓਮਸ ਲਾ ਕੀ ਕਹਿੰਦਾ ਹੈ ਦਾ ਕਰੰਟ ਫਲੋਇੰਗ ਥਰੂ ਆ ਕੰਡਕਟਰ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਅਪਲਾਈਡ ਅਪਲਾਈਡ ਵੋਲਟੇਜ ਠੀਕ ਹੈ ਟੂ ਦੀ ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ ਦੀ ਐਂਡਸ ਆਫ ਦੀ ਕੰਡਕਟਰ ਜਿਹੜਾ ਵੀ ਮਤਲਬ ਆਪਾਂ ਵੋਲਟੇਜ ਦਿੱਤੀ ਹੋਈ ਹੈ ਠੀਕ ਹੈ ਉਹ ਦੇ ਕ੍ਰੋਸ ਰਜਿਸਟਰ ਦੇ ਜਾਂ ਕਿਸੇ ਕੰਡਕਟਰ ਦੇ ਅਕ੍ਰੋਸ ਦਿੱਤੀ ਹੋਈ ਹੈ ਉਹ ਦੇ ਪ੍ਰੋਪੋਰਸ਼ਨਲ ਹੋਏਗਾ ਜਿਹੜਾ ਉਸ ਉਹਦੇ ਵਿੱਚੋਂ ਕਰੰਟ ਫਲੋ ਕਰਦਾ ਪਿਆ ਹੈ ਕਲੀਅਰ ਹੁਣ ਇਹ ਕਿਤੇ ਇਹਦੀ ਜਿਹੜੇ ਫਿਜ਼ੀਕਲ ਕੰਡੀਸ਼ਨ ਵੀ ਪ੍ਰੋਵਾਈਡਡ ਹੁੰਦੀਆਂ ਨੇ ਠੀਕ ਹੈ ਪ੍ਰੋਵਾਈਡਡ ਫਿਜ਼ੀਕਲ ਕੰਡੀਸ਼ਨ ਪ੍ਰੋਵਾਈਡਡ ਦੀ ਫਿਜ਼ੀਕਲ ਕੰਡੀਸ਼ਨ ਪ੍ਰੋਵਾਈਡਡ ਦੀ ਫਿਜ਼ੀਕਲ ਕੰਡੀਸ਼ਨ ਦਾ ਮਤਲਬ ਕੀ ਹੈ ਕਿ ਇਹ ਮਤਲਬ ਡਾਇਰੈਕਟਲੀ ਪ੍ਰੋਪੋਰਸ਼ਨਲ ਤਾਂ ਹੀ ਹੋਏਗਾ ਜੇਕਰ ਇਹਦਾ ਟੈਂਪਰੇਚਰ ਨਾ ਚੇਂਜ ਹੋਵੇ ਠੀਕ ਹੈ ਟੈਂਪਰੇਚਰ ਚੇਂਜ ਹੋਣ ਦੇ ਨਾਲ ਜਿਹੜੀ ਰੈਜ਼ਿਸਟੈਂਸ ਆ ਉਹ ਚੇਂਜ ਹੋ ਜਾਂਦੀ ਹੈ ਮਟੀਰੀਅਲ ਦੀ ਇੱਕ ਟੈਂਪਰੇਚਰ ਚੇਂਜ ਨਹੀਂ ਹੋਣਾ ਚਾਹੀਦਾ ਜੇਕਰ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਜਿਹੜਾ ਵਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਕਰੰਟ ਵਧੇ ਵਧਣਾ ਵਧਾਉਣਾ ਹੈ ਤੇ ਦੂਜਾ ਕੀ ਹੈ ਸਟ੍ਰੇਨ ਸਟ੍ਰੇਨ ਦਾ ਮਤਲਬ ਹੁੰਦਾ ਇਹਦੀਆਂ ਫਿਜ਼ੀਕਲ ਡਾਈਮੈਂਸ਼ਨਸ ਨਹੀਂ ਚੇਂਜ ਹੋਣੀਆਂ ਚਾਹੀਦੀਆਂ ਮਤਲਬ ਕੰਡਕਟਰ ਨੂੰ ਤੁਸੀਂ ਲੰਬਾ ਨਹੀਂ ਕਰ ਸਕਦੇ ਕੰਡਕਟਰ ਨੂੰ ਤੁਸੀਂ ਮੋਟਾ ਨਹੀਂ ਕਰ ਸਕਦੇ ਹਨਾ ਕੰਡਕਕਟਰ ਤੇ r ਫਿਰ ਕਿਹਦੀ ਇਕੁਅਲ ਆ ਗਿਆ ਠੀਕ ਹੈ ਇੱਥੇ ਮੈਂ ਦੱਸ ਦਿੰਨਾ v i v ਡਾਇਰੈਕਟਲੀ ਪ੍ਰੋਪੋਰਸ਼ਨਲ ਟੂ i v i r ਕਲੀਅਰ ਤੇ r ਕੀ ਹੈ ਕਨਸਟੈਂਟ ਹੈ ਠੀਕ ਹੈ a ਕੀ ਹੈ r ਜਿਹੜੀ ਇਹ ਸਲੋਪ ਬਣਦੀ ਪਈ ਏ r ਠੀਕ ਆ ਜਿਹੜੀ ਇਹ ਲਾਈਨ ਬਣਦੀ ਪਈ ਨਾ ਇਹ r ਹੈ ਕਲੀਅਰ ਓਕੇ ਤੇ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਕਿਹੜੇ ਸਰਕਟਸ ਦੇ ਉੱਤੇ ਓਮਜ਼ ਲਾਅ ਨਹੀਂ ਐਪਲੀਕੇਬਲ ਹੈਗਾ ਠੀਕ ਹੈ ਇੱਕ ਜਿਹੜੀਆਂ ਸੈਮੀ ਕੰਡਕਟਰ ਡਿਵਾਈਸੇ ਸੈਮੀ ਕੰਡਕਟਰ ਡਿਵਾਈਸਸ ਦੇ ਉੱਤੇ ਨਹੀਂ ਹੈਗਾ ਓਮਜ਼ ਲਾਅ ਐਪਲੀਕੇਬਲ ਹੋਏਗਾ ਦੂਸਰੇ ਦੇ ਉੱਤੇ ਜਿਹੜੇ ਨੋਨ ਲੀਨੀਅਰ ਸਰਕਟਸ ਨੇ ਨੋਨ ਲੀਨੀਅਰ ਸਰਕਟਸ ਨੇ ਉਹਨਾਂ ਤੇ ਐਪਲੀਕੇਬਲ ਨਹੀਂ ਹੋਏਗਾ ਇਹਨੂੰ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਇਹਨਾਂ ਦੇ ਉੱਤੇ ਜਿਹੜਾ ਓਮਸ ਲਾ ਐਪਲੀਕੇਬਲ ਨਹੀਂ ਹੈਗਾ ਇਹਦੇ ਨਾਲ ਰਿਲੇਟਡ ਕੁਐਸਚਨ ਜਿਹੜਾ ਪੇਪਰ 'ਚ ਪੁੱਛ ਸਕਦੇ ਨੇ ਨੈਕਸਟ ਕੀ ਹੈ ਓਮਿੰਗ ਐਂਡ ਨੋਨ ਓਮਿਕ ਕੰਡਕਟਰਸ ਓਮਿਕ ਕੰਡਕਟਰਸ ਹੋਣ ਦੇਣੇ ਜਿਹੜੇ ਓਮਸ ਲਾ ਨੂੰ ਅਬੇ ਕਰਦੇ ਨੇ ਠੀਕ ਆ ਓਮਸ ਲਾ ਨੂੰ ਫੋਲੋ ਕਰਦੇ ਨੇ ਠੀਕ ਹੈ ਇਹ ਕਿਹੜੇ ਹੋਗੇ ਵਿਚ ਓਬੇ ਵਿਚ ਓਬੇ ਓਮਸ ਲਾ ਓਮਸ ਲਾ ਠੀਕ ਹੈ ਇਹ ਕਿਹੜੇ ਕੰਡਕਟਰਸ ਹੁੰਦੇ ਨੇ ਵਿਚ ਡੂ ਨਾਟ ਓਬੇ which do not obey ohms law clear ohms law ਇਹ ਕਿਹੜੇ ਹੁੰਦੇ ਨੇ ਨਾਨ ਓਮਿਕ ਕੰਡਕਟਰਸ ਹੁੰਦੇ ਨੇ ਕਲੀਅਰ ਨੈਕਸਟ ਆ ਗਿਆ ਇਲੈਕਟ੍ਰਿਕ ਪਾਵਰ ਇਲੈਕਟ੍ਰਿਕ ਪਾਵਰ ਕੀ ਹੁੰਦਾ ਏ ਕਿ ਇੱਕ ਤਰ੍ਹਾਂ ਦੀ ਜਿਹੜੀ ਪਾਵਰ ਹੁੰਦੀ ਏ ਇਹ ਕੀ ਇਹ ਕੀ ਹੁੰਦੀ ਏ ਕਿਸੇ ਵੀ ਮਤਲਬ ਅਪਲਾਈਂਸ ਦੀ ਹੁੰਦੀ ਨਾ ਤੁਸੀਂ ਹੁਣ ਅਪਲਾਈਂਸ ਖਰੀਦਦੇ ਜੇ ਮੰਨ ਲਓ ਬਲਬ ਵੀ ਖਰੀਦਿਆ ਏ ਉਹਦੇ ਤੇ ਲਿਖਿਆ ਹੁੰਦਾ ਏ ट्वेंटी वॉट फोर्टी वॉट नाइन वोट फाइव वॉट है ना कुछ ना कुछ लिखा ये की होंगे पावर ऑफ एन अपलायंस पावर ऑफ एन अपलायंस ठीक है उस अपलायंस की पावर मान लो आप बल भी एन सी ई अपलायंस इज इज इस, इस दी रेट ठीक है इज इसकी रेट ठीक है ए, एक तरह का ये की है the power of an appliance is the rate which electrical energy electrical energy is converted into is converted into other form other forms of energy other forms of energy energy ਠੀਕ ਹੈ ਥੋੜਾ ਜਿਹਾ ਤੁਸੀਂ ਦੇਖੋ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜੇਕਰ ਪਾਵਰ ਜ਼ਿਆਦਾ ਹੋਵੇ ਮੰਨ ਲਓ ਕਿ ਐਲਈਡੀ 9 ਵਾਟ ਦੀ ਹੈ ਇੱਕ ਐਲਈਡੀ 30 ਵਾਟ ਦੀ ਹੈ ਹੁਣ ਦੱਸੋ ਕਿ ਪਾਵਰ ਕਿਹਦੀ ਜ਼ਿਆਦਾ ਹੋਈ 30 ਵਾਟ ਵਾਲੀ ਐਲਈਡੀ ਦੀ ਹੁਣ ਇਸ ਤਰੀਕੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਾਵਰ ਕੀ ਹੁੰਦੀ ਹੈ ਕਿ ਕਿਸੇ ਵੀ ਅਪਲਾਈਂਸ ਦੀ ਜਿਹੜੀ એનર્ਜੀ ਕਨਵਰਟ ਕਰਨ ਠੀਕ ਹੈ એનર્ਜੀ ਨੂੰ ਜਿਹੜੀ ਕਨਵਰਟ ਕਰਦੀਏ ਕਿਸ ਰੇਟ ਦੇ ਉੱਤੇ ਹੁੰਦੀ ਹੈ ਉਹ ਡਿਸਾਈਡ ਕਰਦੀ ਹੈ ਠੀਕ ਹੈ ਜੇਕਰ ਜ਼ਿਆਦਾ ਪਾਵਰ ਹੈ ਇਟ ਮੀਨਜ਼ ਜ਼ਿਆਦਾ ਜਿਹੜੀ ਇਲੈਕਟ੍ਰੀਕਲ એનર્ਜੀ ਆ ਉਹ ਦੂਜੀ ਫਾਰਮ ਦੇ ਵਿੱਚ ਕਨਵਰਟ ਹੋਏਗੀ LED ਸਾਨੂੰ ਕੀ ਦਿੰਦੀ ਹੈ ਲਾਈਟ એનર્ਜੀ ਦਿੰਦੀ ਹੈ ਜੇ ਮੋਟਰੇ ਸਾਨੂੰ ਜ਼ਿਆਦਾ ਮਕੈਨੀਕਲ એનર્ਜੀ ਮਿਲ ਜੇਗੀ ਜੇਕਰ ਉਹਦੀ ਵਾਟੇਜ਼ ਜ਼ਿਆਦਾ ਹੈ ਕਲੀਅਰ ਹੁਣ ਇਹਦਾ ਜਿਹੜਾ ਯੂਨਿਟ ਹੈ ਯੂਨਿਟ ਕੀ ਹੈ ਵਾਟ ਹੈ ਠੀਕ ਹੈ ਇੱਕ ਹੋਰ ਯੂਨਿਟ ਇਹਦਾ ਆ ਜਾਂਦਾ ਜੀ ਉਹ ਕੀ ਹੁੰਦਾ ਹੈ એનર્ਜੀ अपॉन ਟਾਈਮ એનર્ਜੀ अपॉन ਟਾਈਮ ਉਹ ਇਹਨੂੰ ਇਸ ਤਰੀਕੇ ਨਾਲ ਜੇ ਬਾਈ ਐਸ ਲਿਖ ਦਿੰਦੇ ਨੇ ਸੋ ਧਿਆਨ ਰੱਖਣਾ ਪੇਪਰ ਦੇ ਵਿੱਚ ਜੇ ਬਾਈ ਐਸ ਕਲੀਅਰ ਹੁਣ ਜਿਹਦੇ ਵੱਡੇ ਵੱਡੇ ਯੂਨਿਟ ਹੁੰਦੇ ਨੇ ਠੀਕ ਹੈ ਇਹ ਹੁੰਦੀ ਕਿਲੋਵਾਟ ਦੇ ਵਿੱਚ ਕਿਲੋਵਾਟ ਦੇ ਵਿੱਚ ਹੁੰਦੀ ਆ ਜੇ ਆਪਾਂ ਜਨਰੇਟਿੰਗ ਸਟੇਸ਼ਨ ਤੇ ਚੱਲੀਏ ਤੇ ਉੱਥੇ ਮੈਗਾਵਾਟ ਦੇ ਵਿੱਚ ਪਾਵਰ ਨੂੰ ਆਪਾਂ ਮੈਜ਼ਰ ਕਰਦੇ ਆ ਯੂਨਿਟ ਜਿਹੜਾ ਇਹਦਾ ਸੇਮ ਰਹਿੰਦਾ ਬਟ ਇਹਦੇ ਨਾਲ ਆਪਾਂ ਐਮ ਜੋੜ ਦਿੰਨੇ ਆ ਮੈਗਾਵਾਟ ਕਰ ਦਿੰਨੇ ਆ ਮੈਗਾਵਾਟ ਦਾ ਮਤਲਬ ਹੁੰਦਾ 10 ਰੇਜ਼ ਦੀ ਪਾਰ 6 ਕਿਲੋਵਾਟ ਦਾ ਮਤਲਬ ਹੁੰਦਾ 10 ਰੇਜ਼ ਦੀ ਪਾਰ 3 ਕਿਲੋਵਾਟ ਦਾ ਮਤਲਬ ਹੁੰਦਾ 10 ਰੇਜ਼ ਦੀ ਪਾਰ 3 ਹੁਣ ਜਿਹੜੇ ਬੇਸਿਕ ਫਾਰਮੂਲਾਜ਼ ਨੇ ਇਲੈਕਟ੍ਰਿਕ ਪਾਵਰ ਹੁੰਦੀ ਆ P is equal to V into I ਨਾਨ ਨਾਲ ਨੋਟ ਕਰ ਹੀ ਆਇਓ ਠੀਕ ਹੈ ਹੁਣ ਆਪਾਂ ਪੜਿਆ ਸੀ ਕਿ R V I ਹੁੰਦਾ ਏ ਠੀਕ ਹੈ ਤੇ ਇਹ ਕੀ ਆ ਜੀਗਾ P I²R ਮੈਂ ਸਿੰਪਲੀ ਕੀ ਕੀਤਾ ਏ ਸਿੰਪਲੀ I V ਦੀ ਜਗ੍ਹਾ ਤੇ ਠੀਕ ਹੈ V ਦੀ ਜਗ੍ਹਾ ਤੇ ਮੈਂ IR ਪੁੱਟ ਕਰਤਾ ਏ ਤੇ ਇੱਕ ਫਾਰਮੂਲਾ ਹੋਏਗਾ V² R ਇਹ ਤਿੰਨ ਬੇਸਿਕ ਫਾਰਮੂਲੇਜ਼ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਯੂਜ਼ ਕਰਕੇ ਨੰਮੈਰੀਕਲਸ ਸੋਲਵ ਕਰ ਸਕਦੇ ਹਾਂ ਨੈਕਸਟ ਆ ਗਿਆ ਇਲੈਕਟ੍ਰੀਕਲ એનર્ਜੀ ਇਲੈਕਟ੍ਰੀਕਲ એનર્ਜੀ ਕੀ ਹੁੰਦੀ ਏ ਦੀ ਲਾਸ ਆਫ ਇਲੈਕਟ੍ਰਿਕ ਪੋਟੈਂਸ਼ੀਅਲ ਹੁਣ ਰੈਜ਼ਿਸਟੈਂਸ ਏ ਠੀਕ ਏ ਰੈਜ਼ਿਸਟੈਂਸ ਏ ਜਦੋਂ ਇਹਦੇ ਵਿੱਚ ਕਰੰਟ ਫਲੋ ਕਰੇਗਾ ਤੇ ਪੋਟੈਂਸ਼ੀਅਲ ਜਿਹੜਾ ਵਾ ਪੋਟੈਂਸ਼ੀਅਲ એનર્ਜੀ ਲਾਸ ਹੋਏਗੀ ਉਹਨੂੰ ਮੇਨਟੇਨ ਕਰਨ ਵਾਸਤੇ ਠੀਕ ਏ ਇਨ ਦੀ ਲਾਸ ਆਫ ਇਲੈਕਟ੍ਰੀਕਲ ਇਲੈਕਟ੍ਰੀਕਲ ਪੋਟੈਂਸ਼ੀਅਲ એનર્ਜੀ ਇਨ ਮੇਨਟੇਨਿੰਗ ਕਰੰਟ ਇਨ ਅ ਸਰਕਟ ਕਰੰਟ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ એનર્ਜੀ ਚਾਹੀਦੀ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਇਲੈਕਟ੍ਰੀਕਲ એનર્ਜੀ ਉਹ ਕੀ ਕਰਦਾ ਵਾ इत मैं लिख देना द लॉस ऑफ इलेक्ट्रिकल पोटेंशियल एनर्जी इलेक्ट्रिकल पोटेंशियल एनर्जी पोटेंशियल एनर्जी ठीक है जड़ी लॉस इन मेंटेनिंग इन मेंटेनिंग मेंटेनिंग करंट इन अ सर्किट करंट इन अ सर्किट ਇਸ ਕਾਲਡ ਇਸ ਕਾਲਡ ਇਲੈਕਟ੍ਰੀਕਲ એનર્ਜੀ ਠੀਕ ਹੈ ਉਹਨੂੰ ਮੇਨਟੇਨ ਦੇ ਕਰਨ ਦੇ ਲਈ ਜਿਹੜੀ એનર્ਜੀ ਲਾਸ ਹੋਈ ਆ ਉਹਨੂੰ ਕਹਿੰਦੇ ਆ ਇਲੈਕਟ੍ਰੀਕਲ એનર્ਜੀ ਕਹਿੰਦੇ ਨੇ ਠੀਕ ਹੈ ਇਹਦਾ ਕਮਰਸ਼ੀਅਲ ਯੂਨਿਟ ਹੁੰਦਾ ਵਾ ਠੀਕ ਹੈ ਕਮਰਸ਼ੀਅਲ ਯੂਨਿਟ ਵੈਸੇ ਤੇ ਜਾਊਲ ਹੁੰਦਾ ਨਾ એનર્ਜੀ ਦਾ ਯੂਨਿਟ ਤੇ ਆਪਾਂ ਜਾਊਲ ਹੀ ਲਿਖਦੇ ਹਮੇਸ਼ਾ ਜਿਹੜਾ ਇਹਦਾ ਕਮਰਸ਼ੀਅਲ ਯੂਨਿਟ ਹੋਏਗਾ ਸ਼ੀਅਲ ਯੂਨਿਟ ਹੋਏਗਾ ਉਹ ਹੋਏਗਾ ਕੇਡਬਲਯੂ ਐਚ ਕੇਡਬਲਯੂ ਐਚ ओके ਤੇ ਇਹਦੇ ਜਿਹੜੇ ਬੇਸਿਕ ਫਾਰਮੂਲੇਸ ਨੇ ਉਹ ਕੀ ਹੁੰਦੇ ਨੇ ਡਬਲਯੂ ਦੇ ਨਾਲ ਇਹਨੂੰ ਡਿਨੋਟ ਕਰਦੇ ਆ ਵੀ ਆਈ ਪਾਵਰ ਨੂੰ ਟਾਈਮ ਦੇ ਨਾਲ ਗੁਣਾ ਕਰਤਾ ਪਾਵਰ ਨੂੰ ਅਸੀਂ ਟਾਈਮ ਦੇ ਨਾਲ ਗੁਣਾ ਕਰਦਾਂਗੇ ਇਸ ਇਕੁਅਲ ਟੂ ਆਈ ਸਕੁਅਰ ਆਰ ਟੀ ਇਕੁਅਲ ਟੂ ਵੀ ਸਕੁਅਰ ਬਾਈ ਆਰ ਟੀ ਕਲੀਅਰ ਨੈਕਸਟ ਮਟੀਰੀਅਲ ਸਾਡੇ ਕੋਲ ਹੁੰਦੇ ਤਿੰਨ ਤਰ੍ਹਾਂ ਦੇ ਠੀਕ ਹੈ ਇੱਕ ਹੁੰਦੇ ਨੇ ਕੰਡਕਟਰ ਠੀਕ ਹੈ ਕੰਡਕਟਰ ਜਿਹੜੇ ਕਰੰਟ ਨੂੰ ਈਜ਼ੀ ਫਲੋ ਹੋਣ ਦਿੰਦੇ ਨੇ ਉਹਨੂੰ ਕਹਿੰਦੇ ਨੇ ਕੰਡਕਟਰਸ ਠੀਕ ਹੈ ਇਹਦੇ ਵਿੱਚ ਲੈ ਦੇਣਾ 플로우 ਆਫ கரੰਟ ਠੀਕ ਹੈ इजी इजी ਇਹਦੇ ਵਿੱਚ ਉਹ इजीली கரੰਟ ਫਲੋ ਕਰ ਜਾਂਦਾ ਇੱਕ ਹੁੰਦੇ ਨੇ ਇਨਸੂਲੇਟਰ ਇਨਸੂਲੇਟਰਸ ਠੀਕ ਹੈ ਇੱਕ ਕਿਹੜੇ ਕੰਡਕਟਰ ਦੱਸੇ ਇਹ ਕਿਹੜੇ ਇਨਸੂਲੇਟਰਸ ਇਹ கரੰਟ ਨੂੰ ਫਲੋ ਨਹੀਂ ਹੋਣ ਦਿੰਦੇ ਠੀਕ ਹੈ ਆਪਣੇ ਵਿੱਚ ਉਹ கரੰਟ ਨੂੰ ਫਲੋ ਨਹੀਂ ਹੋਣ ਦਿੰਦੇ ਜਿਹੜੇ ਮਟੀਰੀਅਲ ਆਪਣੇ ਵਿੱਚ ਉਹ கரੰਟ ਨੂੰ ਫਲੋ ਨਾ ਹੋਣ ਦੇਣ ਇਹਨੂੰ ਕਹਿੰਦੇ ਨੇ ਇਨਸੂਲੇਟਰਸ ਇੱਕ ਹੁੰਦੇ ਨੇ ਸੈਮੀ ਕੰਡਕਟਰਸ ਸੈਮੀ ਕੰਡਕਟਰਸ ਸੈਮੀ ਕਨੈਕਟਰ ਜਿਹੜੀ ਰਜਿਸਟਿਵਿਟੀ ਹੁੰਦੀ ਆ ਇਹ ਕੰਡਕਟਰ ਤੇ ਇਨਸੂਲੇਟਰ ਦੇ ਵਿੱਚ ਹੁੰਦੀ ਹੈ ਠੀਕ ਹੈ ਇਹ ਇਧਰ ਕੰਡਕਟਰ ਹੈ ਇਧਰ ਇਨਸੂਲੇਟਰ ਹੈ ਇਹਦੇ ਵਿੱਚ ਇਹਦੀ ਰਜਿਸਟਿਵਿਟੀ ਹੋਏਗੀ ਹੁਣ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਜੇਕਰ ਆਪਾਂ ਥੋੜੀ ਜਿਹੀ ਇਹਨੂੰ એનર્ਜੀ ਦੇ ਦਈਏ ਤੇ ਕੰਡਕਟਰ ਬਣ ਜਾਂਦਾ ਹੈ ਤੇ ਜੇ ਉਹ એનર્ਜੀ ਆਪਾਂ ਰਿਮੂਵ ਕਰ ਦਈਏ ਜਾਂ ਮਤਲਬ ਉਹਨੂੰ એનર્ਜੀ ਨੂੰ ਹਟਾ ਦਿੱਤਾ ਜਾਵੇ ਤਾਂ ਫੇਰ ਇਨਸੂਲੇਟਰ ਬਣ ਜਾਂਦਾ ਹੈ ਮਤਲਬ ਇਹਦੀ ਜਿਹੜੀ ਰਜਿਸਟਿਵਿਟੀ ਹੈ ਉਹ ਸੈਮੀ ਕਨੈਕਟਰ ਦੀ ਜਿਹੜੀ ਰਜਿਸਟਿਵਿਟੀ ਉਹ ਕੰਡਕਟਰ ਤੇ ਇਨਸੂਲੇਟਰ ਦੇ ਵਿੱਚ ਲਾਈ ਕਰੇਗੀ ਠੀਕ ਹੈ ਹੁਣ ਇੱਕ ਚੀਜ਼ ਜਿਹੜੀ ਮੇਨ ਹੈ ਮੇਨ ਸਭ ਤੋਂ ਚੀਜ਼ ਹੈ ਟੈਂਪਰੇਚਰ ਕੋਫੀਸ਼ੀਐਂਟ ਆਫ ਰਿਜ਼ਿਸਟੈਂਸ ਠੀਕ ਹੈ ਕੀ ਹੈ ਟੈਂਪਰੇਚਰ ਕੋਫੀਸ਼ੀਐਂਟ ਆਫ ਰਿਜ਼ਿਸਟੈਂਸ ਇਹਨੂੰ ਤੁਸੀਂ ਨੋਟ ਕਰ ਲਿਓ ਕਿਤੇ ਬਹੁਤ ਹੀ ਇੰਪੋਰਟੈਂਟ ਹੈ ਆਫ ਰਿਜ਼ਿਸਟੈਂਸ ਹੁਣ ਟੈਂਪਰੇਚਰ ਕੋਫੀਸ਼ੀਐਂਟ ਆਫ ਰਿਜ਼ਿਸਟੈਂਸ ਜਿਹੜਾ ਵਾ ਉਹ ਕੰਡਕਟਰਸ ਦਾ ਪੋਜ਼ਿਟਿਵ ਹੁੰਦਾ ਹੈ ਕੀ ਹੁੰਦਾ ਹੈ ਪੋਜ਼ਿਟਿਵ ਪੋਜ਼ਿਟਿਵ ਦਾ ਮਤਲਬ ਕੀ ਆ ਜਦੋਂ ਟੈਂਪਰੇਚਰ ਵਧੇਗਾ ਕੰਡਕਟਰ ਦੀ ਰਜਿਸਟੈਂਸੀ ਵਧੇਗੀ ਇਨਸੂਲੇਟਰ ਦਾ ਨੈਗੇਟਿਵ ਹੁੰਦਾ ਏ ਤੇ ਸੈਮੀ ਕੰਡਕਟਰ ਦਾ ਵੀ ਨੈਗੇਟਿਵ ਹੁੰਦਾ ਏ ਠੀਕ ਹੈ ਜਿਹੜੇ ਸੈਮੀ ਕੰਡਕਟਰ ਮਟੀਰੀਅਲ ਹੁੰਦੇ ਨੇ ਉਹ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਆਫ ਰਜਿਸਟੈਂਸ ਹੁੰਦੇ ਨੇ ਕਿ ਟੈਂਪਰੇਚਰ ਵਧਣ ਦੇ ਨਾਲ ਇਹਨਾਂ ਦੀ ਰਜਿਸਟੈਂਸ ਘੱਟ ਜਾਏਗੀ ਜਿਹੜੀ ਮੈਂ એનર્ਜੀ ਦੇ ਇੱਥੇ ਗੱਲ ਕੀਤੀ ਏ ਉਹ ਟੈਂਪਰੇਚਰ ਵੀ ਹੋ ਸਕਦੀ ਏ ਜੇਕਰ ਆਪਾਂ ਕਿਸੇ ਸੈਮੀ ਕੰਡਕਟਿੰਗ ਮਟੀਰੀਅਲ ਨੂੰ ਆਪਣਾ ਟੈਂਪਰੇਚਰ ਦੇ ਮਤਲਬ ਸੰਪਰਕ ਚ ਲਾਇਆਏ ਇਹ ਤੇ ਉਹਦੀ ਰਜਿਸਟਿਵਿਟੀ ਘੱਟ ਜਾਏਗੀ ਤੇ ਕਰੰਟ ਫਲ ਇਨਸੂਲੇਟਰ ਦਾ ਵੀ ਸੇਮ ਹੈ ਇਨਸੂਲੇਟਰ ਦੇ ਵਿੱਚ ਵੀ ਜੇਕਰ ਟੈਂਪਰੇਚਰ ਆਪਾਂ ਵਧਾਈ ਜਾਵਾਂਗੇ ਤਾਂ ਇੱਕ ਸਮੇਂ ਤੋਂ ਬਾਅਦ ਉਹ ਚੋਂ ਕਰੰਟ ਫਲੋ ਕਰ ਜਾਈਗਾ ਠੀਕ ਹੈ ਕਲੀਅਰ ਹੋ ਗਿਆ ਸਟੂਡੈਂਟਸ ਨੈਕਸਟ ਹੈ ਡੀਸੀ ਸਰਕਟਸ ਡੀਸੀ ਸਰਕਟਸ ਹੁਣ ਇਹ ਜਿਹੜਾ ਬੇਸਿਕ ਮੇਰਾ ਇਹੀ ਪਰਪਸ ਹੈ ਅੱਜ ਦੇ ਲੈਕਚਰ ਦਾ ਕਿ ਤੁਹਾਨੂੰ ਘੱਟ ਸਮੇਂ 'ਚ ਜ਼ਿਆਦਾ ਮਤਲਬ ਚੀਜ਼ਾਂ ਦਾ ਪਤਾ ਚੱਲ ਜੇ ਹੁਣ ਸਭ ਤੋਂ ਪਹਿਲਾਂ ਤੇ ਡੀਸੀ ਕਰੰਟ ਬਾਰੇ ਆਪਾਂ ਸਮਝ ਲਈਏ ਜਿਹੜਾ ਕਰੰਟ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਫਲੋ ਕਰਦਾ ਏ ਉਹਨੂੰ ਕੀ ਕਹਿੰਦੇ ਨੇ ਡਾਇਰੈਕਟ ਕਰੰਟ ਔਰ ਡੀਸੀ ਕਰੰਟ ਠੀਕ ਹੈ ਜਿਹਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਕਨਸਟੈਂਟ ਰਹਿੰਦੇ ਨੇ ਵਿਦ ਰਿਸਪੈਕਟ ਟੂ ਟਾਈਮ ਉਸ ਕਰੰਟ ਨੂੰ ਕੀ ਕਵਾਂਗੇ ਡੀਸੀ ਕਰੰਟ ਔਰ ਡਾਇਰੈਕਟ ਕਰੰਟ ਓਕੇ ਡੀਸੀ ਸਰਕਟ ਕੀ ਆ ਕਿ ਸਪੋਜ਼ ਕਰੋ ਕਿ ਇੱਕ ਡਿਵਾਈਸ ਲੱਗੀ ਏ ਮਤਲਬ ਬਲਬ ਲਾਇਆ ਏ ਉਸ ਤੋਂ ਬਾਅਦ ਇੱਕ ਬੈਟਰੀ ਲੱਗੀ ਹੋਈ ਏ ਤੇ ਇੱਕ ਸੁਪੋਜ਼ ਕਰੀਤੇ ਸਵਿਚ ਲਗਾਤਾ ਏ ਜੇ ਸਵਿਚ ক্লোਜ਼ ਏ ਜਦੋਂ ਉਹਦੇ ਵਿੱਚੋਂ ਡੀਸੀ ਕਰੰਟ ਫਲੋ ਕਰਦਾ ਏ ਉਹਨੂੰ ਕੀ ਕਹਿੰਦੇ ਆ ਡੀਸੀ ਸਰਕਟ ਕਹਾਂਗੇ ਓਕੇ ਡੀਸੀ ਸਰਕਟ ਕੀ ਆ ਜੇ ਸਰਕਟ ਦੇ ਵਿੱਚੋਂ ਡੀਸੀ ਕਰੰਟ ਫਲੋ ਕਰਦਾ ਪਿਆ ਏ ਉਹਨੂੰ ਡੀਸੀ ਸਰਕਟ ਕਹਿੰਦੇ ਨੇ ਠੀਕ ਹੈ ਕਲੀਅਰ ਹੋ ਗਿਆ ਡੀਸੀ ਸਰਕਟਸ ਕੀ ਨੇ ਜੇ ਸਰਕਟਸ ਦੇ ਵਿੱਚੋਂ ਡੀਸੀ ਕਰੰਟ ਫਲੋ ਕਰੇ ਉਹਨੂੰ ਕੀ ਕਹਿੰਦੇ ਨੇ ਡੀਸੀ ਸਰਕਟ ਸ਼ਰਤ ਇਹ ਆ ਕਿ ਸਰਕਟ ক্লোਜ਼ ਹੋਣਾ ਚਾਹੀਦਾ ਏ ਓਪਨ ਸਰਕਟ ਦੇ ਵਿੱਚ ਕੋਰੰਟ ਨਹੀਂ ਫਲੋ ਕਰਦਾ ਰਜਿਸਟਰਸ ਇਨ ਸੀਰੀਜ਼ ਹੁਣ ਸੀਰੀਜ਼ ਦੇ ਵਿੱਚ ਕੀ ਆ ਜਦੋਂ ਆਪਾਂ ਰਜਿਸਟਰ ਐਂਡ ਟੂ ਐਂਡ ਆਪਾਂ ਕਨੈਕਟ ਕਰਦੇ ਆ ਠੀਕ ਹੈ ਇਹ ਕੀ ਹੈ ਇੱਕ ਦਾ ਸਟਾਰਟਿੰਗ ਐਂਡ ਹੈ ਐ ਫਿਨਿਸ਼ਿੰਗ ਐਂਡ ਹੈ ਉਹਦੇ ਨਾਲ ਹੀ ਆਪਾਂ ਦੂਜੀ ਰਜਿਸਟਰ ਜੋੜਤੀ ਹੈ ਇਹਨੂੰ R1 ਕਹਿ ਦੋ ਇਹਨੂੰ R2 ਕਹਿ ਦੋ ਤੇ ਇਹਨੂੰ R3 ਕਹਿ ਦੋ ਓਕੇ ਤੇ ਇਹਦੇ ਵਿੱਚ ਕੀ ਆ ਜਦੋਂ ਸੀਰੀਜ਼ ਦੇ ਵਿੱਚ ਸਰਕਟ ਲੱਗਾ ਹੁੰਦਾ ਏ ਉਦੋਂ ਸੇਮ ਕਰੰਟ ਫਲੋ ਕਰਦਾ ਹੈ ਠੀਕ ਹੈ करंट ਜਿਹੜਾ ਵਾ ਉਹ ਸਾਰੇ ਰਜਿਸਟਰਸ ਦੇ ਵਿੱਚੋਂ ਸੇਮ ਫਲੋ ਕਰੇਗਾ ਠੀਕ ਹੈ ਤੇ ਜਿਹੜੀ ਵੋਲਟੇਜ ਹੈ ਉਹ ਡਿਵਾਈਡ ਹੋਏਗੀ ਵੋਲਟੇਜ ਇਜ਼ ਡਿਵਾਈਡਡ ਵੋਲਟੇਜ ਇਜ਼ ਡਿਵਾਈਡਡ ਓਕੇ ਇਹਨੂੰ ਤੁਸੀਂ ਧਿਆਨ ਚ ਰੱਖਣਾ ਹੈ ਹੁਣ ਹੁੰਦਾ ਕੀ ਹੈ கரੰਟ ਆਈ ਫਲੋ ਕੀਤਾ ਹੁਣ ਵੋਲਟੇਜ ਡਿਵਾਈਡ ਹੋ ਰਹੀ ਹੈ ਇਹਦੇ ਅਕ੍ਰੋਸ ਵੀ1 ਮੰਨ ਲਓ ਇਹਦੇ ਅਕ੍ਰੋਸ ਵੀ2 ਮੰਨ ਲਓ ਇਹਦੇ ਅਕ੍ਰੋਸ ਵੀ3 ਮੰਨ ਲਓ ਟੋਟਲ ਵੋਲਟੇਜ ਕਿਹਦੀ ਇਕੁਅਲ ਆ ਗਈ ਵੀ1 ਵੀ2 ਵੀ3 ਆ ਗਈ क्लियर ਹੁਣ ਵੀ ਕਿਹਦੇኩልੋਂ ਦਾ i r ਦੇ i r ਦੇ ਕਲੀਅਰ ਫਿਰ ਇਹ ਕੀ ਆ ਜਾਏਗਾ i r1 ਕਿਉਂਕਿ ਕਰੰਟ ਸੇਮ ਹੈ ਇਸ ਕਰਕੇ i ਲਿਖਿਆ ਹੈ i r2 i r3 ਹੁਣ i ਕਾਮਨ ਹੈ i ਨੂੰ ਕਾਮਨ ਕੱਢ ਲਓ i r i ਕਾਮਨ ਆ ਗਿਆ ਇਹ ਕੀ ਆ ਜਾਏਗਾ r1 r2 r3 ਕਲੀਅਰ ਆਈ ਨਹੀਂ ਆਈ ਕੈਨਸਲ ਤਾਂ ਟੋਟਲ ਰੈਜ਼ਿਸਟੈਂਸ ਕਿਹਦੇ ਇਕੁਅਲ ਆ ਗਈ ਆਰ1 ਆਰ2 ਆਰ3 ਦੇ ਆ ਸਪੋਜ਼ ਕਰੋ ਕਿ ਜੇਕਰ ਇੱਥੇ ਵੈਲਿਊ ਦੇ ਦੇਣ ਇੱਥੇ ਆਰ1 ਦੀ ਵੈਲਿਊ 5 7 ਦੇ ਦਿੱਤੀ ਆ ਆਰ2 ਦੀ ਵੈਲਿਊ 5 ਦੇ ਦਿੱਤੀ ਆ ਇਹਦੀ ਵੈਲਿਊ 8 ਦੇ ਦਿੱਤੀ ਆ ਤੁਹਾਨੂੰ ਕਹਿ ਦਿੰਦੇ ਇਹਦੀ ਫਾਈਂਡ ਕਰ ਦੋ ਰੈਜ਼ਿਸਟੈਂਸ ਫਾਈਂਡ ਕਰ ਦੋ ਠੀਕ ਹੈ ਇੱਕ ਦੀ 5 7 ਓਮੇ ਇੱਕ ਦੀ 5 ਓਮੇ ਇੱਕ ਦੀ 8 ਓਮੇ ਤੁਸੀਂ ਕੀ ਕਰਨਾ ਹੈ ਸਿੰਪਲ ਆਰ 7 plus 5 plus 8 ਕਰ ਦੇਣਾ ਹੈ ਕਿੰਨਾ ਆ ਜਾਏਗਾ 20 ਓਮ ਇੱਕ ਹੀ ਆ ਗਈ ਤੁਹਾਡੀ ਟੋਟਲ ਰੈਜ਼ਿਸਟੈਂਸ ਆ ਗਈ ਇਸ ਸਰਕਟ ਦੀ ਠੀਕ ਹੈ ਹੁਣ ਜਿਹੜੀ ਪਾਵਰ ਹੁੰਦੀ ਹੈ ਪਾਵਰ ਡਿਵਾਈਡ ਹੁੰਦੀ ਹੈ ਇਹ ਕੀ ਆਣਾ 1/PT ਟੋਟਲ ਪਾਵਰ PT ਦਾ ਮਤਲਬ ਟੋਟਲ ਪਾਵਰ 1/P1 ਜਿਹੜੀ R1 ਦੀ ਪਾਵਰ ਹੋਏਗੀ 1/P2 R2 ਦੀ ਪਾਵਰ ਜਿਹੜੀ ਹੋਏਗੀ 1/P3 ਠੀਕ ਹੈ ਪਾਵਰ ਡਿਵਾਈਡ ਹੁੰਦੀ ਹੈ ਵੋਲਟੇਜ ਵੀ ਡਿਵਾਈਡ ਹੁੰਦੀ ਹੈ ਕਰੰਟ ਸੇਮ ਰਹਿੰਦਾ ਹੈ ਸੀਰੀਜ਼ ਸਰਕਟ ਦੇ ਵਿੱਚ ਕਲੀਅਰ ਨੈਕਸਟ ਹੈ ਵੋਲਟੇਜ ਡਿਵੀਜ਼ਨ ਇਨ ਸੀਰੀਜ਼ ਸਰਕਟ ਵੋਲਟੇਜ ਕਿਸ ਤਰ੍ਹਾਂ ਡਿਵਾਈਡ ਹੋਏਗੀ ਇਹਦੇ ਵਾਸਤੇ ਮੈਂ ਕੀ ਕੀਤਾ ਦੋ ਰੈジਸਟਰ ਲਏ ਨੇ ਠੀਕ ਹੈ ਇੱਕ ਦੀ ਵੈਲਿਊ R1 ਨੇ ਤੇ ਇੱਕ ਦੀ ਵੈਲਿਊ R2 ਹੈ ਤਾਂ ਵੋਲਟੇਜ ਜਿਹੜੀ ਆ ਉਹ ਡਿਵਾਈਡ ਹੋਏਗੀ R1 ਦੇ ਅਕ੍ਰੋਸ ਜਿਹੜੀ ਹੋਏਗੀ ਵੋਲਟੇਜ V1 ਕਹਦਾਂਗੇ ਤੇ ਜਿਹੜੀ R2 ਦੇ ਅਕ੍ਰੋਸ ਹੋਏਗੀ ਉਹਨੂੰ V2 ਕਹਦਾਂਗੇ ਤਾਂ ਟੋਟਲ ਰੈਜ਼ਿਸਟੈਂਸ ਜਿਹੜੀ ਆ ਟੋਟਲ ਜਿਹੜੀ ਵੋਲਟੇਜ ਹੈ ਉਹ V ਹੈ ਓਕੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਟੋਟਲ ਰੈਜ਼ਿਸਟੈਂਸ ਫਾਈਂਡ ਕਰ ਲਓ ਉਹ ਕੀ ਆਗੀ R1 R2 ਹੁਣ ਜੇ ਆਪਾਂ V1 ਫਾਈਂਡ ਕਰਨਾ ਏ ਠੀਕ ਹੈ V1 ਫਾਈਂਡ ਕਰਨਾ ਏ ਤੇ ਉਹ ਕਿਹਦੇ ਇਕੁਅਲ ਆ ਜਾਏਗਾ V ਟੋਟਲ ਜਿਹਦੇ ਅਕ੍ਰੋਸ ਤੋਂ ਹੀ ਜਿਸ ਰਜਿਸਟਰ ਦੇ ਅਕ੍ਰੋਸ ਤੋਂ ਹੀ ਕਰੰਟ ਨੂੰ ਵੋਲਟੇਜ ਫਾਈਂਡ ਕਰਨੀ ਏ ਉਹਨੂੰ ਲਿਖ ਲਓ ਤੇ ਹੇਠਾਂ ਤੁਸੀਂ ਦੋਨਾਂ ਦਾ ਪਲੱਸ ਲਿਖ ਲਓ ਠੀਕ ਹੈ R T ਲਿਖ ਲਓ ਕਲੀਅਰ ਸਿਮਿਲਰਲੀ ਜੇਕਰ ਤੁਸੀਂ V2 ਫਾਈਂਡ ਕਰਨਾ ਏ V R2 ਡਿਵਾਈਡਿਡ ਬਾਈ R1 R2 ਠੀਕ ਹੈ ਇੱਥੇ ਵੀ R2 ਕਰ ਦਿਓ ਕਲੀਅਰ ਇਸ ਤਰੀਕੇ ਨਾਲ ਤੁਸੀਂ ਫਾਈਂਡ ਕਰ ਸਕਦੇ ਜੀ ਹੁਣ ਛੋੜਿਆ ਇੱਕ ਨੰਮਰੀਕਲ ਵਾ ਆਪਣੇ ਆਪ ਤੁਸੀਂ ਸੋਲਵ ਕਰਨਾ ਹੈ ਵੀ ਦੀ ਵੈਲਿਊ ਹੈਗੀ ਹੈ 15 r1 ਦੀ ਵੈਲਿਊ ਹੈਗੀ ਜੇ 10 ਤੇ r2 ਦੀ ਵੈਲਿਊ ਹੈਗੀ ਜੇ 20 ਫਾਈਂਡ v1 ਐਂਡ v2 ਇਹਨੂੰ ਫਾਈਂਡ ਕਰ ਦਿਓ ਓਕੇ ਅਨਸਰ ਜਿਹੜਾ ਤੁਸੀਂ ਉੱਤੇ ਕਮੈਂਟ ਦੇ ਵਿੱਚ ਲਿਖ ਦਿਓ ਨੈਕਸਟ ਰਜਿਸਟਰ ਇਨ ਪੈਰਲਲ ਪੈਰਲਲ ਦਾ ਮਤਲਬ ਕੀ ਹੁੰਦਾ ਵਾ ਕਿ ਜੇਕਰ ਸਾਰੀਆਂ ਰੈジਸਟਰਸ ਨੂੰ ਸੇਮ ਵੋਲਟੇਜ ਮਿਲੇ ਸਾਰੀਆਂ ਰੈジਸਟਰਸ ਨੂੰ ਸੇਮ ਵੋਲਟੇਜ ਮਿਲੇ ਘਰ ਦੀ ਜਿਹੜੀ ਵਾਇਰਿੰਗ ਹੁੰਦੀ ਹੈ ਨਾ ਡੋਮੈਸਟਿਕ ਵਾਇਰਿੰਗ ਉਹ ਪੈਰਲਰ ਦੇ ਵਿੱਚ ਕੀਤੀ ਹੁੰਦੀ ਹੈ ਡੋਮੈਸਟਿਕ ਵਾਇਰਿੰਗ ਕਿੱਥੇ ਕਰਦੇ ਨੇ ਪੈਰਲਰ ਦੇ ਵਿੱਚ ਕਰਦੇ ਨੇ ਕਲੀਅਰ ਹੁਣ ਇਹਦੇ ਵਿੱਚ ਕੀ ਆ ਪੈਰਲਰ ਦਾ ਮਤਲਬ ਕੀ ਆ ਕਿ ਸਿੰਪਲੀ ਕੀ ਆ ਇਹਨੂੰ ਵੋਲਟੇਜ ਦਿੱਤੀ ਹੈ ਵੀ ਹੁਣ ਸਾਰੇ ਰੈジਸਟਰ ਜਿੱਦਾਂ R1 R2 ਤੇ R3 ਇਹਨਾਂ ਸਾਰਿਆਂ ਦੇ ਅਕ੍ਰੋਸ ਜਿਹੜੀ ਆ ਵੋਲਟੇਜ ਸੇਮ ਰਹੇਗੀ ਬਟ ਕਰੰਟ ਜਿਹੜਾ ਵਾ ਪੈਰਲਰ ਦੇ ਵਿੱਚ ਡਿਵਾਈਡ ਹੋਏਗਾ ਇਹਦੇ ਵਿੱਚ ਜਿਹੜਾ ਕਰੰਟ ਫਲੋ ਕਰੇਗਾ R1 ਦੇ ਵਿੱਚੋਂ ਉਹ I1 ਹੋਏਗਾ ਇਹਦੇ ਵਿੱਚੋਂ I2 ਹੋਏਗਾ ਇਹਦੇ ਵਿੱਚੋਂ ਜਿਹੜਾ ਕਰੰਟ ਫਲੋ ਕਰੇਗਾ ਉਹ I3 ਹੋਏਗਾ ਕਲੀਅਰ ਹੁਣ ਇਹਦੇ ਵਿੱਚ ਜਿਹੜੀ ਵੋਲਟੇਜ ਹੋਏਗੀ ਰੈジਸਟਰ ਰੈジਸਟੈਂਸ ਹੋਏਗੀ ਡਿਵਾਈਡ ਹੋ ਜਾਏਗੀ ਠੀਕ ਹੈ ਏਕ ਹੀ ਆ ਜਾਏਗਾ R1 प्लस R2 प्लस R3 R 3 ਠੀਕ ਹੈ uh, 1 RT 1 by R1 1 by R2 1 by R3 ਹੁਣ ਜਿਹੜੀ ਪਾਵਰ ਹੁੰਦੀ ਹੈ ਪਾਵਰ ਸਿੰਪਲ ਐਡ ਕਰ ਲੈਣੇ ਆ ਠੀਕ ਹੈ ਟੋਟਲ ਪਾਵਰ ਕਿਹਦੇ ਇਕੁਅਲ ਆ ਜਾਏਗੀ ਪੀ1 ਪੀ2 ਪੀ3 ਦੇ ਆ ਜਾਏਗੀ ਕਲੀਅਰ ਇਹਦਾ ਵੀ ਇੱਕ ਨਮੈਰੀਕਲ ਨੋਟ ਕਰ ਲਓ ਨਮੈਰੀਕਲ ਦੇ ਵਿੱਚ ਇਹ ਆ ਕਿ ਜਿਹੜੀ R1 ਦੀ ਵੈਲਿਊ ਹੈ ਉਹ ਹੈਗੀ 5 R2 ਦੀ ਵੈਲਿਊ ਹੈਗੀ ਹੈ 10 ਤੇ R3 ਦੀ ਵੈਲਿਊ ਹੈਗੀ ਹੈ 15 ਇਹਦਾ ਵੀ ਤੁਸੀਂ RT ਫਾਈਂਡ ਕਰਕੇ ਜਿਹੜਾ ਅਨਸਰ ਹੈ ਉਹ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਨਾਲ ਹੀ ਤੁਹਾਨੂੰ ਸਮਝ ਲੱਗ ਜਾਈਗੀ ਇਸ ਕਨਸੈਪਟ ਦੀ ਪ੍ਰੋਪਰਲੀ ਠੀਕ ਹੈ ਡੋਮੈਸਟਿਕ ਵਾਇਰਿੰਗ ਦੇ ਵਿੱਚ ਹੁੰਦੀ ਹੈ ਪੈਰਲਲ ਦੇ ਵਿੱਚ ਹੁੰਦੀ ਹੈ ਠੀਕ ਹੈ ਡੋਮੈਸਟਿਕ ਵਾਇਰਿੰਗ ਦੇ ਵਿੱਚ ਜਿਹੜਾ ਕੰਡਕਟਰ ਯੂਜ਼ ਕਰਦੇ ਆ ਉਹ ਦਾ ਜਿਹੜਾ ਸਾਈਜ਼ ਹੁੰਦਾ ਸਕੁਅਰ ਐਮ ਐਮ ਦੇ ਵਿੱਚ ਹੁੰਦਾ ਹੈ ਕਿ ਇਹਦੇ ਵਿੱਚ ਹੁੰਦਾ ਹੈ ਸਕੁਅਰ ਐਮ ਐਮ ਦੇ ਵਿੱਚ ਹੁੰਦਾ ਹੈ ਨੈਕਸਟ ਹੈ ਕਰੰਟ ਡਿਵੀਜ਼ਨ ਇਨ ਪੈਰਲਲ ਸਰਕਟ ਹੁਣ ਪੈਰਲਲ ਸਰਕਟ ਦਿੱਤਾ ਹੈ ਤੁਹਾਨੂੰ ਦੱਸਿਆ ਕਿ ਪੈਰਲਲ ਸਰਕਟ ਦੇ ਵਿੱਚ ਕੀ ਹੁੰਦਾ ਹੈ ਕਰੰਟ ਡਿਵਾਈਡ ਹੁੰਦਾ ਹੈ ਕਰੰਟ ਇਜ਼ ਡਿਵਾਈਡਡ ਤੇ ਡਿਵਾਈਡਡ ਵੋਲਟੇਜ ਰਿਮੇਨ ਸੇਮ ਵੋਲਟੇਜ ਰਿਮੇਨ ਸੇਮ ਕਿਉਂਕਿ ਵੋਲਟੇਜ ਜਿਹੜੀ ਉਹ ਸੇਮ ਰਹਿੰਦੀ ਹੈ ਸਾਰੇ ਰਜਿਸਟਰ ਦੇ ਅਕ੍ਰੋਸ ਓਕੇ ਨੈਕਸਟ ਕਰੰਟ ਡਿਵੀਜ਼ਨ ਦੇ ਵਿੱਚ ਕੀ ਹੋਏਗਾ ਜਿਹੜੇ ਆਪਾਂ ਕਰੰਟ ਜਿਹੜਾ ਡਿਵਾਈਡ ਹੋਏਗਾ ਇਹਦੇ ਵਿੱਚ ਵੀ ਕੀ ਹੈ ਦੋ ਮੈਂ ਰਜਿਸਟਰ ਲੈ ਲਿਆ ਇੱਕ ਕਿਹੜਾ ਲੈ ਲਿਆ R1 ਤੇ ਇੱਕ ਕਿਹੜਾ ਲੈ ਲਿਆ R2 ਵੋਲਟੇਜ ਤਾਂ ਦੱਸਿਆ ਹੈ ਇਹਦੇ ਅਕ੍ਰੋਸ ਸੇਮ ਰਹੇਗੀ ਹੁਣ ਕਰੰਟ ਆਪਾਂ I ਇਹਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਪਿਆ ਹੈ I ਇਹ ਆਪਾਂ ਹੁਣ I1 ਤੇ I2 ਕਿੱਦਾਂ ਫਾਈਂਡ ਕਰਨਾ ਵਾ ਇਹਦਾ ਫਾਰਮੂਲਾ ਸਿੱਖਣਾ ਹੈ I1 ਟੋਟਲ ਕਰੰਟ ਠੀਕ ਹੈ I ਕੀ ਹੈ ਟੋਟਲ ਕਰੰਟ I ਕੀ ਹੈ ਟੋਟਲ ਕਰੰਟ ਹੈ ਹੁਣ ਜਿਹੜੀ ਰਜਿਸਟਰ ਦੇ ਥਰੂ ਆਪਾਂ ਕਰੰਟ ਫਾਈਂਡ ਕਰਨਾ ਵਾ ਜੇ ਇਸ ਰਜਿਸਟਰ ਦੇ ਥਰੂ ਆਪਾਂ ਕਰੰਟ ਫਾਈਂਡ ਕਰਨਾ ਉਹਨੂੰ ਨਹੀਂ ਲਿਖਣਾ ਠੀਕ ਹੈ ਜੇ I1 ਫਾਈਂਡ ਕਰਦੇ ਪਏ ਇੱਥੇ IR2 ਲਿਖ ਦਾਂਗੇ ਡਿਵਾਈਡਿਡ ਬਾਈ ਦੋਨਾਂ ਰੈਜ਼ਿਸਟੈਂਸ ਨੂੰ ਆਪਾਂ ਜੋੜ ਦਾਂਗੇ ਠੀਕ ਹੈ R1 R2 ਇਸੇ ਤਰੀਕੇ ਨਾਲ I2 ਫਾਈਂਡ ਕਰ ਸਕਦੇ ਜੇ ਤੁਸੀਂ I into R1 by R1 R2 ਇਹ ਬੇਸਿਕ ਫਾਰਮੂਲੇਜ਼ ਨੇ ਇਹਦੇ ਨਾਲ ਰਿਲੇਟਡ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਵਾ ਤੁਸੀਂ ਸੋਲਵ ਕਰ ਸਕਦੇ ਜੀ ਠੀਕ ਹੈ ਇਹਦੇ ਵਿੱਚ ਵੀ ਤੁਸੀਂ ਨੋਟ ਕਰ ਲਓ I ਦੀ ਵੈਲਿਊ ਹੈਗੀ ਆ 30 ਐਂਪੀਅਰ ਠੀਕ ਹੈ R1 ਦੀ ਵੈਲਿਊ ਹੈਗੀ ਆ 50 ਤੇ R2 ਦੀ ਵੈਲਿਊ ਹੈਗੀ ਹੈ 150 ਓਮ ਠੀਕ ਹੈ ਫਾਈਂਡ I1 ਐਂਡ I2 ਠੀਕ ਹੈ ਇਹਦਾ ਜਿਹੜਾ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਨੈਕਸਟ ਆਗੇ ਕਿਰਸ਼ਫਲਾ ਠੀਕ ਹੈ ਕਿਰਸ਼ਫਲਾ ਆਗੇ ਹੁਣ ਕਿਰਸ਼ਫਲਾ ਕੀ ਹੁੰਦੇ ਨੇ ਇਹਦੇ ਬਾਰੇ ਆਪਾਂ ਥੋੜਾ ਜਿਆ ਜਾਨ ਲਈਏ ਇਹਦੇ ਦੋ ਲਾ ਹੁੰਦੇ ਨੇ ਠੀਕ ਹੈ ਕਿੰਨੇ ਲਾਜ਼ ਹੋਣਗੇ ਦੋ ਲਾਜ਼ ਹੋਣਗੇ ਇੱਕ ਨੂੰ ਆਪਾਂ ਕਹ ਦਾਂਗੇ ਕਿਰਸ਼ੋਫ ਕਰੰਟ ਲਾ ਜਿਹਨੂੰ ਆਪਾਂ ਕੇਸੀਐਲ ਕਹਿੰਦੇ ਆ ਇੱਕ ਨੂੰ ਕਹ ਦਾਂਗੇ ਆਪਾਂ ਕਿਰਸ਼ੋਫ ਸੈਕੰਡ ਲਾ ਜਿਹਨੂੰ ਆਪਾਂ ਕੇਵੀਐਲ ਕਹਿੰਦੇ ਆ ਠੀਕ ਹੈ ਇੱਕ ਨੂੰ ਆਪਾਂ ਕਿਰਸ਼ੋਫ ਕਰੰਟ ਲਾ ਕਹਿੰਦੇ ਆ ਤੇ ਇੱਕ ਨੂੰ ਆਪਾਂ ਕਿਰਸ਼ੋਫ ਵੋਲਟੇਜ ਲਾ ਕਹਿੰਦੇ ਆ ਠੀਕ ਹੈ ਹੁਣ ਇਹਦੇ ਵਿੱਚ ਜਿਹੜੀਆਂ ਬੇਸਿਕ ਗੱਲਾਂ ਨੇ ਉਹ ਪਹਿਲਾਂ ਆਪਾਂ ਵੇਖ ਲਈਏ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿਰਸ਼ੋਫ ਕਰੰਟ ਲਾ ਕੀ ਕਹਿੰਦਾ ਵਾ ਫੋਰ ਐਨੀ ਮਤਲਬ ਕਹਿ ਲਓ ਕਿ ਇੱਥੇ ਮੈਂ ਤੁਹਾਨੂੰ ਹੋਰ ਸ਼ਾਰਟ ਕਰਕੇ ਦੱਸ ਦਿੰਦਾ ਵਾਂ ਇਹਦੇ ਵਿੱਚ ਕੀ ਹੁੰਦਾ ਵਾ ਦੀ ਅਲਜੈਬ੍ਰਿਕ ਸਮ ਆਫ ਦੀ ਅਲਜੈਬ੍ਰਿਕ ਸਮ ਆਫ ਕਰੰਟ ਮੀਟਿੰਗ ਐਟ ਅ ਜੰਕਸ਼ਨ ਪੁਆਇੰਟ ਇਜ਼ ਆਲਵੇਜ਼ ਮੀਟਿੰਗ ਐਟ ਅ ਜੰਕਸ਼ਨ ਔਰ ਪੁਆਇੰਟ ਠੀਕ ਹੈ ਜੰਕਸ਼ਨ ਔਰ ਪੁਆਇੰਟ ਇਸ ਆਲਵੇਜ਼ 0 ਠੀਕ ਹੈ ਸਪੋਜ਼ ਕਰੋ ਆਪ ਪੁਆਇੰਟ ਹੈ ਕੋਈ ਠੀਕ ਹੈ ਇਹ ਤੇ ਜੇਕਰ ਕੋਈ ਕਰੰਟ ਮੀਟ ਕਰਦਾ ਹੈ ਆਕੇ ਠੀਕ ਹੈ ਸਪੋਜ਼ ਕਰੋ ਕਰੰਟ ਕੋਈ ਮੀਟ ਕਰਦਾ ਹੈ ਉਹਦੀ ਵੈਲਿਊ ਹਮੇਸ਼ਾ 0 ਹੋਏਗੀ ਕਿਉਂਕਿ ਜਿੰਨਾ ਕਰੰਟ ਆ ਰਿਹਾ ਹੈ ਇਸ ਪੁਆਇੰਟ ਵੱਲ ਉਨਾ ਕਰੰਟ ਹੀ ਬਾਹਰ ਜਾਏਗਾ ਠੀਕ ਹੈ ਓਕੇ ਇਸ ਕਰਕੇ ਜਿਹੜਾ ਪੁਆਇੰਟ ਤੇ ਕਰੰਟ ਹੋਏਗਾ ਹਮੇਸ਼ਾ 0 ਹੋਏਗਾ ਠੀਕ ਹੈ ਇਹਨੂੰ ਜੰਕਸ਼ਨ ਰੂਲ ਵੀ ਕਹਿੰਦੇ ਨੇ ਕੀ ਕਹਿੰਦੇ ਨੇ ਜੰਕਸ਼ਨ ਔਰ ਪੁਆਇੰਟ ਰੂਲ ਸਮਝ ਲਿਓ ਠੀਕ ਹੈ ਜੰਕਸ਼ਨ ਔਰ ਪੁਆਇੰਟ ਵੀ ਮੈਥਡ ਇਹਦੇ ਨੇ ਪੁਆਇੰਟ ਰੂਲ ਠੀਕ ਹੈ ਦੂਜਾ ਕੀ ਹੈ ਇਹਦੇ ਬਾਰੇ ਜਿਹੜੀ ਇੰਪੋਰਟੈਂਟ ਚੀਜ਼ ਆ ਜਿਹੜਾ ਲਾ ਹੈ ਇੱਕ ਇੱਕ ਕਿਰਚੋਫ ਕਰੰਟ ਲਾ ਇਸ ਬੇਸਡ ਔਨ ਇਸ ਬੇਸਡ ਔਨ ਇਹ ਕੁਐਸਚਨ ਆਇਆ ਹੈ ਜਿਹੜਾ ਮੈਂ ਤੁਹਾਨੂੰ ਇੱਥੇ ਹੁਣ ਮੈਂ ਦੱਸਦਾ ਪਿਆ ਪੀਐਸਪੀਸੀਐਲ ਨੇ ਪੁੱਛਿਆ ਵਾ ਪੀਐਸਪੀਸੀਐਲ ਦੇ ਇਗਜ਼ਾਮ 'ਚ ਹੀ ਆਇਆ ਹੈ ਬੇਸਡ ਔਨ ਦੀ ਲਾ ਆਫ ਬੇਸ ਔਨ ਦੀ ਲਾ ਆਫ ਕਨਜ਼ਰਵੇਸ਼ਨ ਆਫ ਚਾਰਜ ਕਨਜ਼ਰਵੇਸ਼ਨ ਆਫ ਕਨਜ਼ਰਵੇਸ਼ਨ ਆਫ ਚਾਰਜ ਕਲੀਅਰ ਆਹ ਤਿੰਨ ਚੀਜ਼ਾਂ ਯਾਦ ਕਰ ਲਿਓ ਜਿਹੜਾ ਕਿਰਚੋਫ ਕਰੰਟ ਲਾ ਆਏ ਉਹਨੂੰ ਪੁਆਇੰਟ ਰੂਲ ਤੇ ਜੰਕਸ਼ਨ ਰੂਲ ਵੀ ਕਹਿੰਦੇ ਨੇ ਇਹ ਕਿ ਕਿਦੇ ਬੇਸ ਤੇ ਹੈ ਕਨਜ਼ਰਵੇਸ਼ਨ ਆਫ ਚਾਰਜ ਦੇ ਬੇਸ ਤੇ ਹੈ ਹੁਣ ਆ ਗਈ ਵੋਲਟੇਜ ਦੀ ਗੱਲ ਠੀਕ ਹੈ ਵੋਲਟੇਜ ਲਾ ਦੀ ਇਹ ਕੋਈ ਸਰਕਟ ਹੈ ਜਿਹਦੇ ਵਿੱਚ ਕੀ ਹੈ ਆਈ ਵੋਲਟੇਜ ਸੋਰਸ ਲੱਗੇ ਹੋਏ ਬੈਟਰੀ ਲੱਗੀ ਹੋਈ ਹੈ ਆ ਰੈジਸਟਰ ਹੈ ਠੀਕ ਹੈ ਆ ਵੀ ਇੱਕ ਰੈジਸਟਰ ਹੈ ਠੀਕ ਹੈ ਇਹਦੇ ਵਿੱਚ ਜਿਹੜਾ ਡ੍ਰੌਪ ਹੋਏਗਾ ਠੀਕ ਹੈ ਇਨਰ ਰੈジਸਟਰਸ ਦੇ ਵਿੱਚ ਜਿਹੜਾ ਡ੍ਰੌਪ ਹੋਏਗਾ ਉਹ ਕਿਹਦੇ ਇਕੁਅਲ ਹੋਏਗਾ ਉਹ ਜਿੰਨਾ ਵੋਲਟੇਜ ਦਾ ਸੋਰਸ ਦੀ ਸੋਰਸ ਦੀ ਜਿੰਨੀ ਵੋਲਟੇਜ ਹੋਏਗੀ ਉਹਦੇ ਇਕੁਅਲ ਹੋਏਗੀ ਮੰਨ ਲਓ ਜੇ 5 ਵੋਲਟ ਦਾ ਸੋਰਸ ਹੈ अक्रॉस तीन वोल्टेज ड्रॉप हो जाएगा अक्रॉस दो वोल्टेज ड्रॉप हो जाएगा ठीक है एदा भी लिख लो फार एनी क्लोज पाथ एनी क्लोज्ड क्लोज्ड पाथ इन अ नैटवर्क इना नैटवर्क द अलजैब्रिक वोल्टेज इज जीरो द अलजैब्रिक ਐਲਜੈਬਰਿਕ ਸਮ ਆਫ ਵੋਲਟੇਜ ਇਜ਼ ਜ਼ੀਰੋ ਸਮ ਆਫ ਵੋਲਟੇਜ ਇਜ਼ ਜ਼ੀਰੋ ਵੋਲਟੇਜ ਇਜ਼ ਜ਼ੀਰੋ ਠੀਕ ਹੈ ਇਹਦਾ ਧਿਆਨ ਰੱਖਣਾ ਓਕੇ ਕਿ ਇਹਦੇ ਵਿੱਚੋਂ ਜਿਹੜਾ ਮਤਲਬ ਵੋਲਟੇਜ ਹੋਏਗੀ ਉਹਦਾ ਜਿਹੜਾ ਐਲਜੈਬਰਿਕ ਸਮ ਹੋਏਗਾ ਜ਼ੀਰੋ ਹੋਏਗਾ ਮੰਨ ਲਓ ਕਿ ਇਹ ਹੀ ਆ 5 ਆ ਲਾ ਉਸ ਆਗੇ ਠੀਕ ਹੈ 5 3 ਸੌਰੀ 5 3 2 0 ਆ ਗਿਆ ਹੁਣ ਇਹਨੂੰ ਕਹਿੰਦੇ ਨੇ ਲੂਪ ਰੂਲ ਕੀ ਕਹਿੰਦੇ ਨੇ ਕਿਰਸ਼ੋਫ ਵੋਲਟੇਜ ਲਾ ਨੂੰ ਲੂਪ ਰੂਲ ਓਕੇ ਤੇ ਇਹਨੂੰ ਸੈਕੰਡ ਲਾ ਕਹਿੰਦੇ ਨੇ ਠੀਕ ਹੈ ਕਿਰਸ਼ੋਫ ਸੈਕੰਡ ਲਾ ਵੀ ਕਹਿੰਦੇ ਨੇ ਓਕੇ ਇੱਥੇ ਮੈਂ ਲਿਖ ਦੇਣਾ ਵਾ ਸੈਕੰਡ ਲਾ ਤੇ ਇੱਥੇ ਮੈਂ ਲਿਖ ਦੇਣਾ ਫਰਸਟ ਲਾ ਫਰਸਟ ਲਾ ਓਕੇ ਹੁਣ ਇਹਦੇ ਵਿੱਚ ਕੀ ਆ ਜਿਹੜਾ ਇਹ ਲਾ ਹੈ ਇਸ ਬੇਸਡ ਔਨ ਦੀ ਕਨਜ਼ਰਵੇਸ਼ਨ ਆਫ ਬੇਸਡ ਔਨ ਦੀ ਲਾ ਆਫ law of conservation of energy conserve variation of energy variation of energy clear students बस ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਲਿਓ ਇਹ ਸਿਰਫ ਤੁਹਾਡੇ ਲਾਸਟ ਮਤਲਬ ਕਹਿ ਲਓ ਕਿ ਪੇਪਰ ਦੇ ਲਾਗੇ ਵਾਲੀ ਪ੍ਰੈਪਰੇਸ਼ਨ ਹੈ ਜਿਹੜੇ ਪਹਿਲਾਂ ਤੋਂ ਪ੍ਰਪੇਅਰ ਕਰਦੇ ਆਉਂਦੇ ਹੋਣਗੇ ਉਹਨਾਂ ਨੂੰ ਚਲੋ ਇਹ ਚੀਜ਼ਾਂ ਦੀ ਸਮਝ ਹੋਏਗੀ ਬਾਕੀ ਬਿਲਕੁਲ ਇਹ ਕਰੀਬ ਜਿੱਦਾਂ ਮਤਲਬ ਪੇਪਰ ਲਾਗੇ ਆਗੇ ਉਹ ਹੈ ਮਤਲਬ ਇਹ ਪ੍ਰੈਪਰੇਸ਼ਨ ਵਾਸਤੇ ਨੈਕਸਟ ਇੀਐਮਐਫ ਐਂਡ ਟਰਮੀਨਲ ਵੋਲਟੇਜ ਆਫ ਅ ਸੈਲ ਇੀਐਮਐਫ ਐਂਡ ਟਰਮੀਨਲ ਵੋਲਟੇਜ ਆਫ ਅ ਸੈਲ ਠੀਕ ਹੈ ਟਰਮੀਨਲ ਵੋਲਟੇਜ ਹੁੰਦੀ ਹੈ ਕੋਈ ਨਾ ਕੋਈ ਕਿਸੇ ਵੀ ਸੈਲ ਦੀ ਨਾ ਕੋਈ ਨਾ ਕੋਈ ਇੰਟਰਨਲ ਰੈਜ਼ਿਸਟੈਂਸ ਜ਼ਰੂਰ ਹੋਏਗੀ ਠੀਕ ਹੈ ਇਸ ਕਰਕੇ ਜਿਹੜੀ ਟਰਮੀਨਲ ਤੇ ਵੋਲਟੇਜ ਹੈ ਉਹ ਹਮੇਸ਼ਾ ਸਾਨੂੰ ਘੱਟ ਮਿਲੇਗੀ ਜੀ ਇੀਐਮਐਫ ਨਾਲੋਂ ਠੀਕ ਹੈ a ਕੀ ਹੈ ਇੀ ਇੀਐਮਐਫ ਆ ਕੀ ਇੰਟਰਨਲ ਰੈਜ਼ਿਸਟੈਂਸ ਓਕੇ ਇਹਨੂੰ ਆਪਾਂ ਜੇ ਕਰੰਟ ਕੱਢਣਾ ਹੋਵੇ ਕਿਦਾਂ ਕੱਢਾਂਗੇ ਇ ਆਰ ਪਲੱਸ ਆਰ ਤਾਂ ਜੇਕਰ EMF ਕਢਣੀ ਹੋਵੇ ਉਹ ਕਿਸ ਤਰ੍ਹਾਂ ਕਢ ਸਕਦੇ ਆ I R I R ਕਿਉਂਕਿ ਇਹਨੂੰ ਇਧਰ ਮਲਟੀਪਲਾਈ ਕਰਾਤਾ ਹੈ ਠੀਕ ਹੈ ਤਾਂ ਜੇਕਰ ਆਪਾਂ V ਕਢਣੀ ਹੋਵੇ ਉਹਦੇ ਵਿੱਚੋਂ ਆਪਾਂ IR ਨੂੰ ਮਾਈਨਸ ਕਰ ਦਾਂਗੇ ਕਿਉਂਕਿ I R ਦਾ ਮਤਲਬ ਕੀ ਹੈ V ਓਕੇ I R ਦੇ ਇਕੁਅਲ ਹੋਏਗੀ V ਦੇ ਇਕੁਅਲ ਹੋਏਗੀ ਕਲੀਅਰ ਤਾਂ ਜੇ ਆਪਾਂ ਇੰਟਰਨਲ ਰੈਜ਼ਿਸਟੈਂਸ ਕਢਣੀ ਹੈ ਉਹਨੂੰ ਆਪਾਂ ਕਰ ਸਕਦੇ ਹਾਂ E V I ਇਹ ਕੀ ਹੈ ਇੰਟਰਨਲ ਰਿਸਟੈਂਸ ਫਾਈਂਡ ਕਰਨ ਦਾ ਫਾਰਮੂਲਾ ਨੈਕਸਟ ਜਦੋਂ ਆਪਾਂ ਸੀਰੀਜ਼ ਦੇ ਵਿੱਚ ਸੈੱਲ ਕਨੈਕਟ ਕਰਦੇ ਹਾਂ ਸੀਰੀਜ਼ ਦੇ ਵਿੱਚ ਕਿਉਂ ਕਰਦੇ ਆ ਗਰੂਪਿੰਗ ਜੇ ਸਾਨੂੰ ਜਿਆਦਾ ਵੋਲਟੇਜ ਚਾਹੀਦੀ ਹੋਵੇ ਓਕੇ ਜੇ ਜਿਆਦਾ ਸਾਨੂੰ ਵੋਲਟੇਜ ਚਾਹੀਦੀ ਹੈ ਤੇ ਉਦੋਂ ਆਪਾਂ ਜਿਹੜੀ ਇਹ ਗਰੂਪਿੰਗ ਕਰ ਦਿੰਨੇ ਆ ਸੀਰੀਜ਼ ਦੇ ਵਿੱਚ ਕਰ ਦਿੰਨੇ ਆ ਕਲੀਅਰ ਤੇ ਪੈਰਲਲ ਦੇ ਵਿੱਚ ਸੈੱਲ ਕਿਉਂ ਲਗਾਉਂਦੇ ਆ ਜਦੋਂ ਸਾਨੂੰ ਜਿਆਦਾ ਕਰੰਟ ਚਾਹੀਦਾ ਹੋਵੇ ਠੀਕ ਹੈ ਪੈਰਲਰ ਦੇ ਵਿੱਚ ਆਪਾਂ ਸੈਲਜ਼ ਕਦੋਂ 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 ਕਨੈਕਟ ਕਰਾਂਗੇ ਜਦੋਂ ਸਾਨੂੰ ਜਿਆਦਾ ਕਰੰਟ ਚਾਹੀਦਾ ਹੋਵੇ ਉਸ ਟਾਈਮ ਆਪਾਂ ਪੈਰਲਰ ਦੇ ਵਿੱਚ ਸੈਲਜ਼ ਨੂੰ ਕਨੈਕਟ ਕਰਾਂਗੇ ਕਲੀਅਰ ਸਟੂਡੈਂਟਸ ਇਹ ਮੈਂ ਨੈਕਸਟ ਤੁਹਾਨੂੰ ਪ੍ਰੋਪਰ ਐਕਸਪਲੇਨ ਕਰਾਂਗੇ ਜਦੋਂ ਬੈਟਰੀ ਵਾਲਾ ਚੈਪਟਰ ਪੜ੍ਹਾਵਾਂਗਾ ਹੁਣ ਬੇਸਿਕ ਆਫ ਨੈਟਵਰਕ ਥਿਊਰਮਸ ਬੇਸਿਕ ਆਫ ਨੈਟਵਰਕ ਥਿਊਰਮਸ ਇਹ ਬੜਾ ਹੀ ਇੰਪੋਰਟੈਂਟ ਹੈ ਇਹਨੂੰ ਥੋੜਾ ਜਿਹਾ ਧਿਆਨ ਰੱਖਣ ਧਿਆਨ ਨਾਲ ਪੜ੍ਹਨਾ ਪੈਣਾ ਤੁਹਾਨੂੰ ਸਭ ਤੋਂ ਪਹਿਲਾਂ ਨੈਟਵਰਕ ਟਰਮੀਨੋਲੋਜੀ ਇੱਕ ਹੁੰਦੇ ਐਕਟਿਵ ਨੈਟਵਰਕ ਐਕਟਿਵ ਨੈਟਵਰਕ ਉਹ ਹੁੰਦੇ ਨੇ ਐਕਟਿਵ ਐਲੀਮੈਂਟ ਤੋਂ ਵਾਪਸ ਸਟਾਰਟ ਕਰ ਲੈਨੇ ਆ ਠੀਕ ਹੈ ਐਕਟਿਵ ਐਲੀਮੈਂਟ ਉਹ ਹੁੰਦੇ ਨੇ ਜਿਹੜੇ ਇਲੈਕਟ੍ਰੀਕਲ એનર્ਜੀ ਨੂੰ ਸਪਲਾਈ ਕਰਦੇ ਨੇ ਠੀਕ ਹੈ ਇਹਨਾਂ ਚ ਆ ਜਾਂਦੇ ਨੇ ਕਰੰਟ ਸੋਰਸ ਕਰੰਟ ਸੋਰਸ ਵੋਲਟੇਜ ਸੋਰਸ ਐਟ ਸੈਕਟਰਾ ਠੀਕ ਹੈ ਇੱਕ ਹੁੰਦੇ ਨੇ ਪੈਸਿਵ ਐਲੀਮੈਂਟ ਪੈਸਿਵ ਐਲੀਮੈਂਟ ਜਿਨ੍ਹਾਂ ਨੂੰ ਜਿਹੜੇ એનર્ਜੀ ਨੂੰ ਰিসিਵ ਕਰਦੇ ਨੇ ਠੀਕ ਹੈ ਜਿਹੜੇ એનર્ਜੀ ਨੂੰ ਰিসিਵ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਪੈਸਿਵ ਐਲੀਮੈਂਟ ਕਹਿੰਦੇ ਨੇ ਠੀਕ ਹੈ ਇਹਨਾਂ ਦੇ ਵਿੱਚ ਆ ਜਾਣਗੇ ਰਜਿਸਟਰਸ ਆ ਜਾਣਗੇ ਰਜਿਸਟਰਸ ਇੰਡਕਟਰਸ ਕੈਪੈਸਟਰਸ ਕੈਪੈਸੀਟਰਸ ਠੀਕ ਹੈ ਰਜਿਸਟਰ ਜਿਹੜਾ એનર્ਜੀ ਨੂੰ ਐਬਜ਼ਾਰਬ ਕਰੇਗਾ ਤੇ ਬਾਕੀ ਦੋਨੋਂ ਜਿਹੜੇ ਐਲੀਮੈਂਟਸ ਨੇ ਇੰਡਕਟਰ ਤੇ ਕੈਪੈਸਟਰ ਇਹ એનર્ਜੀ ਨੂੰ ਸਟੋਰ ਕਰਨਗੇ ਫਿਰ ਉਸ ਤੋਂ ਬਾਅਦ ਆ ਜਾਂਦਾ ਨੋਡ ਨੋਡ ਇੱਕ ਪੁਆਇੰਟ ਹੁੰਦਾ ਏ ਠੀਕ ਹੈ ਜਿੱਥੇ ਦੋ ਜਾਂ ਦੋ ਤੋਂ ਵੱਧ ਸਰਕਟ ਐਲੀਮੈਂਟ ਜਿਹੜੇ ਜੁਆਇਨ ਕਰਦੇ ਨੇ ਆ ਕੇ ਉਹਨੂੰ ਵੀ ਕਹਿੰਦੇ ਨੇ ਨੋਡ ਨੋਡ ਕੀ ਹੈ ਇੱਕ ਪੁਆਇੰਟ ਏ ਜਿੱਥੇ ਦੋ ਜਾਂ ਦੋ ਤੋਂ ਵੱਧ ਸਰਕਟ ਐਲੀਮੈਂਟ ਆ ਕੇ ਜੁਆਇਨ ਕਰਦੇ ਨੇ ਉਹਨੂੰ ਕੀ ਕਹਿੰਦੇ ਨੇ ਨੋਡ ਕਹਿੰਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਜੰਕਸ਼ਨ ਜੰਕਸ਼ਨ ਕੀ ਹੁੰਦਾ ਏ ਇਹ ਉਹ ਪੁਆਇੰਟ ਹੁੰਦਾ ਏ ਜਿੱਥੇ ਤਿੰਨ ਜਾਂ ਤਿੰਨ ਤੋਂ ਵੱਧ ਸਰਕਟ ਐਲੀਮੈਂਟ ਜੁਆਇਨ ਕਰਦੇ ਨੇ ਤਿੰਨ ਜਾਂ ਤਿੰਨ ਤੋਂ ਵੱਧ ਸਰਕਟ ਐਲੀਮੈਂਟ ਜੁਆਇਨ ਕਰਨਗੇ ਉਹਨੂੰ ਕੀ ਕਹਿੰਦੇ ਆ ਜੰਕਸ਼ਨ ਠੀਕ ਹੈ ਉਹਦੇ ਵਿੱਚ ਕੀ ਹੀ ਨੋਡ ਦੇ ਵਿੱਚ ਕੀ ਹੈ ਜੋ ਦੋ ਜਾਂ ਦੋ ਤੋਂ ਵੱਧ ਇਹਦੇ ਵਿੱਚ ਕੀ ਹੈ ਤਿੰਨ ਜਾਂ ਤਿੰਨ ਤੋਂ ਵੱਧ ਓਕੇ ਇਸੇ ਤਰੀਕੇ ਨਾਲ ਨੈਗੇਟਿਵ ਨੈਟਵਰਕ ਹੋਏਗਾ ਜਿਹੜੇ એનર્ਜੀ ਆਪਣੀ ਜਿੰਨਾ ਕੋਈ એનર્ਜੀ ਹੁੰਦੀ ਹੈ ਠੀਕ ਹੈ ਐਕਟਿਵ ਉਹਨੂੰ ਨੈਟਵਰਕ ਕਹਦਾਂਗੇ ਇਸ ਤਰ੍ਹਾਂ ਪੈਸਿਵ ਜਿਹੜੇ ਆ ਜਿਹੜੇ ਐਕਸਟਰਨਲ ਉਹਨਾਂ ਨੂੰ એનર્ਜੀ ਦੀ ਲੋਡ ਪੈਂਦੀ ਹੈ ਠੀਕ ਹੈ ਬਾਹਰੋਂ ਉਹਨੂੰ ਕੀ ਕਹਦਾਂਗੇ ਪੈਸਿਵ ਨੈਟਵਰਕ ਕਲੀਅਰ ਨੈਕਸਟ ਹੁੰਦਾ ਆਈਡੀਅਲ ਤੇ ਵੋਲਟੇਜ ਆਈਡੀਅਲ ਐਂਡ ਰੀਅਲ ਵੋਲਟੇਜ ਸੋਰਸ ਠੀਕ ਹੈ ਆਈਡੀਅਲ ਵੋਲਟੇਜ ਸੋਰਸ ਹੋ ਹੁੰਦੇ ਆ ਜਿਹਦੀ ਇੰਟਰਨਲ ਰੈਜ਼ਿਸਟੈਂਸ ਜ਼ੀਰੋ ਹੁੰਦੀ ਹੈ ਇੰਟਰਨਲ ਇੰਟਰਨਲ ਰੈਜ਼ਿਸਟੈਂਸ ਇਜ਼ ਜ਼ੀਰੋ ਰੈਜ਼ਿਸਟੈਂਸ ਇਜ਼ ਜ਼ੀਰੋ ਠੀਕ ਹੈ ਇਹ ਜਿਹੜੀ ਇੰਟਰਨਲ ਰੀਅਲ ਇਹਨੂੰ ਔਰ ਪ੍ਰੈਕਟੀਕਲ ਵੀ ਕਹਿੰਦੇ ਆ ਠੀਕ ਹੈ ਇਹਨੂੰ ਪ੍ਰੈਕਟੀਕਲ ਵੀ ਆਖਦੇ ਨੇ ਤੇ ਇਹਦੇ ਵਿੱਚ ਜਿਹੜੀ ਇੰਟਰਨਲ ਰਿਸਟੈਂਸ ਹੋਏਗੀ ਉਹ ਵੈਰੀ ਲੋ ਹੋਏਗੀ ਵੈਰੀ ਲੋ ਜੇਕਰ ਤੁਹਾਨੂੰ ਆਜੇ ਕਿ ਜੇ ਮਤਲਬ ਪੁੱਛ ਲੈਣ ਜਿਹੜੀ ਰੀਅਲ ਵੋਲਟੇਜ ਸੋਰਸ ਹੁੰਦਾ ਹੈ ਉਹਦੀ ਰੈਜ਼ਿਸਟੈਂਸੀ ਵੈਲਿਊ ਕਿ ਨਹੀਂ ਹੁੰਦੀ ਆ ਉਹਦੇ ਵਿੱਚ ਜ਼ੀਰੋ ਦੀ ਆਪਸ਼ਨ ਦੇ ਦਨ ਲੋ ਦੀ ਵੈਲ ਵੈਰੀ ਲੋ ਦੀ ਆਪਸ਼ਨ ਦੇ ਦਨ ਜਾਂ ਇਨਫਿਨਿਟੀ ਦੀ ਦੇ ਦਨ ਤੁਸੀਂ ਵੈਰੀ ਲੋ ਤੇ ਕਲਿੱਕ ਕਰਨਾ ਹੈ ਕਲੀਅਰ ਨੈਕਸਟ ਕੀ ਹੈ ਆਈਡੀਅਲ करंट हाँ। हाँ सोर्स एंड रीयल करंट सोर्स आइडियल करंट सोर्स की जोड़ी इंटरनल रजिस्टेंस होएगी इंटरनल रजिस्टेंस होएगी वो इनफिनिटी होएगी ठीक है इनफिनिटी होएगी इनफिनाइट होएगी ठीक है वैल्यू तो यी वैल्यू होएगी ये वेरी हाई वेरी हाई होएगी जोड़ा प्रैक्टिकल और रीयल वोल्टेज सोर्स करंट सोर्स होएगा प्रैक्टिकल और रीयल करंट सोर्स होएगा वो ਜਿਹੜੀ ਇੰਟਰਨਲ ਰੈਜ਼ਿਸਟੈਂਸ ਹੋਏਗੀ ਵੈਰੀ ਹਾਈ ਹੋਏਗੀ ਠੀਕ ਹੈ ਪੈਰਲਰ ਚ ਇਹਨੂੰ ਡਿਨੋਟ ਕਰਦੇ ਆ ਜਿਹੜੇ ਆ ਜਿੱਦਾਂ ਮੰਨ ਲਓ ਹੁਣ ਕਰੰਟ ਸੋਰਸ ਹੈ ਤੇ ਇਹਦੇ ਪੈਰਲਰ ਦੇ ਵਿੱਚ ਆਪਾਂ ਇੱਕ ਰੈਜ਼ਿਸਟੈਂਸ ਨੂੰ ਕਨੈਕਟ ਕਰ ਦਿੰਦੇ ਆ ਠੀਕ ਹੈ ਹੋਪਸੋ ਤੁਹਾਨੂੰ ਸਮਝ ਲੱਗਦੀ ਹੋਏਗੀ ਇਸ ਟਾਈਮ ਜੋ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਕਿਉਂਕਿ ਬੜੇ ਬਹੁਤ ਹੀ ਇੰਪੋਰਟੈਂਟ ਕਨਸੈਪਟ ਨੇ ਜਿਹੜੇ ਆਪਾਂ ਹੁਣ ਕਰਦੇ ਪਏ ਆ ਨੈਕਸਟ ਆਜੋ ਨੈਕਸਟ ਆ ਜਿੰਦੇ ਡਿਪੈਂਡੈਂਟ ਸੋਰਸ ਇੱਕ ਹੁੰਦੇ ਇੰਡੀਪੈਂਡੈਂਟ ਸੋਰਸ ਜਿਹੜੇ ਆਪਾਂ ਪਿੱਛੇ ਪੜੇ ਆ ਜਿਹੰਨੇ ਡਿਪੈਂਡੈਂਟ ਸੋਰਸ ਜਿਹੜੇ ਕਿ ਕਿਸੇ ਦੂਜੇ ਸੋਰਸ ਤੇ ਡਿਪੈਂਡ ਹੁੰਦੇ ਨੇ ਕਲੀਅਰ ਹੁਣ ਇਹਦੇ ਵਿੱਚ ਕਿਹੜੇ-ਕਿਹੜੇ ਆਉਣਗੇ ਇਹਦੇ ਵਿੱਚ ਇੱਕ ਹੁੰਦਾ ਏ ਕਰੰਟ ਕੰਟਰੋਲਡ ਵੋਲਟੇਜ ਸੋਰਸ ਠੀਕ ਹੈ ਇਹਨੂੰ ਇਸ ਤਰੀਕੇ ਦਾ ਇਹਦਾ ਸਿੰਬਲ ਹੋਏਗਾ ਠੀਕ ਹੈ ਇਹਦੇ ਵਿੱਚ ਕੀ ਆ ਵੀ ਤੇ T K ਤੇ I ਠੀਕ ਹੈ ਇਹਨੂੰ ਕੀ ਕਹਿੰਦੇ ਆ ਕਰੰਟ ਕੰਟਰੋਲਡ ਠੀਕ ਹੈ ਆਲ ਕੋ I ਹੈ ਨਾ ਇਹ ਕੀ ਆ ਜਾਏਗਾ ਕਰੰਟ controlled voltage source voltage source ਠੀਕ ਹੈ ਨੈਕਸਟ ਆ ਜਾਂਦਾ ਵਾ ਇੱਕ ਫਸਟ ਆ ਗਿਆ ਸੈਕੰਡ ਇਹਦਾ ਸਿੰਬਲ ਪੁੱਛਿਆ ਗਿਆ ਪੀਐਸਪੀਸੀਐਲ ਦੇ ਇਗਜ਼ਾਮ ਦੇ ਵਿੱਚ ਨੈਕਸਟ ਆ ਗਿਆ ਆਪਾਂ ECG ਨੂੰ ਦੇਖਣਾ ਹੈ ਠੀਕ ਹੈ ਇੱਥੇ ਕੀ ਆ ਜਾਏਗਾ ਇੱਥੇ ਜੇ ਆਜੇ V T K V ਠੀਕ ਹੈ V ਆ ਜਾਏ ਠੀਕ ਹੈ V2 ਆ ਜਾਏ ਇਹਦਾ ਮਤਲਬ ਕੀ ਹੁੰਦਾ ਹੈ ਵੋਲਟੇਜ ਕੰਟਰੋਲਡ ਠੀਕ ਹੈ ਆਪਾਂ ਇਸੀ ਨੂੰ ਵੇਖਿਆ ਵੋਲਟੇਜ ਕੰਟਰੋਲਡ ਵੋਲਟੇਜ ਸੋਰਸ ਵੋਲਟੇਜ ਸੋਰਸ ਹੀ ਹੈ ਨਾ ਵੀ ਇੱਥੇ ਲੱਗਾ ਹੈ ਵੋਲਟੇਜ ਸੋਰਸ ਕਲੀਅਰ ਨੰਬਰ 3 ਤੇ ਨੰਬਰ 3 ਤੇ ਆਈਂਦਾ ਵਾ ਜੇ ਇਦਾਂ ਦਾ ਐਰੋ ਬਣਿਆ ਆ ਜੇ ਐਰੋ ਦਾ ਮਤਲਬ ਹੁੰਦਾ ਕਰੰਟ ਕਰੰਟ ਸੋਰਸ ਵਾ ਠੀਕ ਹੈ ਐਰੋ ਦਾ ਮਤਲਬ ਹੁੰਦਾ ਕਰੰਟ ਸੋਰਸ ਇੱਥੇ ਲਿਖ ਦੀਏ ਆਈਟੀ ਠੀਕ ਹੈ ਇਸ ਇਕੁਅਲ ਟੂ इक्वल हो वन य मतलब की होगा जो आप चैक करिए वोल्टेज कंट्रोल्ड करंट सोर्स ठीक है करंट सोर्स ओके फोर्थ के उत्ते फोर्थ की है ये आई टी ते के आई ठीक है ये की है करंट कंट्रोल्ड ਕੰਟਰੋਲਡ ਕਰੰਟ ਸੋਰਸ ਠੀਕ ਹੈ ਕਲੀਅਰ ਪਤਾ ਚੱਲ ਗਿਆ ਨਾ ਹੁਣ ਪ੍ਰੋਪਰ ਕਿ ਕਿੱਦਾਂ ਹੁੰਦਾ ਹੈ ਇਹਦਾ ਨਾ ਸਿੰਬਲ ਹੀ ਤੁਹਾਨੂੰ ਆਉਣਾ ਕੋਈ ਨਾ ਕੋਈ ਇਸ ਤਰੀਕੇ ਨਾਲ ਲਿਖਿਆ ਹਣਾ ਜੇ ਨਹੀਂ ਕਿਤੇ ਲਿਖਿਆ ਤੇ ਇੱਥੇ ਨਾ ਇੱਕ ਪੋਜ਼ਿਟਿਵ 네ਗੇਟਿਵ ਦਾ ਸਾਈਨ ਹੋਏਗਾ ਇੱਥੇ ਜੇ ਆ ਮਤਲਬ ਚੀਜ਼ ਨਾ ਹੋਵੇ ਨਾ ਇੱਥੇ ਕੀ ਆ ਜਾਏਗਾ ਇੱਕ ਪੋਜ਼ਿਟਿਵ ਸਾਈਨ ਹੋਏਗਾ ਕਿ 네ਗੇਟਿਵ ਹੋਏਗਾ ਉੱਥੋਂ ਤੁਸੀਂ ਸਮਝਣਾ ਹੈ ਕਿ ਇਹ ਵੋਲਟੇਜ ਕੰਟਰੋਲਡ ਕਰੰਟ ਸੋਰਸ ਦੀ ਗੱਲ ਹੋ ਰਹੀ ਹੈ ਨੈਕਸਟ ਆ ਗਿਆ ਸੋਰਸ ਕਨਵਰਸ਼ਨ ਸੋਰਸ ਕਨਵਰਸ਼ਨ ਦਾ ਮਤਲਬ ਕੀ ਆ ਕਿ ਆਪਾਂ ਇੱਕ ਸੋਰਸ ਨੂੰ ਦੂਜੇ ਸੋਰਸ ਦੇ ਵਿੱਚ ਕਨਵਰਟ ਕਰ ਸਕਦੇ ਆ ਠੀਕ ਹੈ ਇੱਕ ਸੋਰਸ ਨੂੰ ਆਪਾਂ ਦੂਸਰੇ ਸੋਰਸ ਦੇ ਵਿੱਚ ਵੀ ਕਨਵਰਟ ਕਰ ਸਕਦੇ ਆ ਓਕੇ ਹੁਣ ਮੈਂ ਇੱਕ ਸਰਕਟ ਤੁਹਾਨੂੰ ਡਰਾ ਕਰਕੇ ਸਮਝਾਉਣਾ ਵਾ ਦੋਨੋਂ ਚੀਜ਼ਾਂ ਕਿ ਕਿੱਦਾਂ ਆਪਾਂ ਵੋਲਟੇਜ ਸੋਰਸ ਨੂੰ ਕਰੰਟ ਸੋਰਸ ਦੇ ਵਿੱਚ ਕਨਵਰਟ ਕਰ ਸਕਦੇ ਆ ਤੇ ਕਰੰਟ ਸੋਰਸ ਨੂੰ ਅਸੀਂ ਵੋਲਟੇਜ ਸੋਰਸ ਦੇ ਵਿੱਚ ਕਨਵਰਟ ਕਰ ਸਕਦੇ ਆ ਠੀਕ ਹੈ ਬਹੁਤ ਹੀ ਆਸਾਨ ਹੈ ਇਹ ਵੀ ਕੁਐਸਚਨ ਪੀਐਸਪੀਸੀਐਲ ਨੇ ਪੁੱਛਿਆ ਹੈ ਜੇਕਰ ਤੁਹਾਨੂੰ ਹੀ ਕਰੰਟ ਸੋਰਸ ਤੋਂ ਵੋਲਟੇਜ ਸੋਰਸ ਕਰਨਾ ਹੈ ਜੇਕਰ ਤੁਸੀਂ ਕਰੰਟ ਸੋਰਸ ਤੋਂ ਵੋਲਟੇਜ ਸੋਰਸ ਕਰਨਾ ਹੈ ਇੱਥੇ ਆਈ ਲਿਖਤਾ ਇਥੇ ਆਰ ਲਿਖਤਾ ਇਹ ਆਰ ਹੈ ਤੇ ਇੱਕ এবੀ ਹੈ ਤੁਸੀਂ ਸਿੰਪਲੀ ਕੀ ਕਰਨਾ ਹੈ ਵੀ ਇਕੁਅਲ ਟੂ ਆਈ ਇੰਟੂ ਆਰ ਕਰ ਦੇਣਾ ਆ ਆਈਏ ਤੇ ਇਹ ਆਰ ਹੈ ਤੇ ਸਰਕਟ ਇਸੇ ਤਰੀਕੇ ਨਾਲ ਡਰਾ ਕਰ ਦੇਣਾ ਜਿਹੜੀ ਆਰ ਦੀ ਵੈਲਿਊ ਇੱਥੇ ਆ ਤੁਸੀਂ ਇੱਥੇ ਲਿਖ ਦਿਓ ਤੇ ਵੀ ਦੀ ਵੈਲਿਊ ਤੁਸੀਂ ਇੱਥੇ ਲਿਖ ਦੇਣੀ ਹੈ ਕਲੀਅਰ ਜੇ ਤੁਹਾਨੂੰ ਵਾਈਸਪਰ ਵਰਸਾ ਕਰਨਾ ਹੈ ਤੇ ਫਿਰ ਕੀ ਹੋਏਗਾ ਆਈ ਕਿਹਦੇ ਇਕੁਅਲ ਆ ਜਾਏਗਾ ਫਿਰ ਤੁਸੀਂ ਵੀ ਬਾਏ ਆਰ ਕਰ ਦਿਓ ਵੀ ਬਾਏ ਆਰ ਕਰ ਦਿਓ ਇਹ ਤੁਹਾਡਾ ਕੀ ਆ ਜਾਏਗਾ ਕਰੰਟ ਆਈ ਦੀ ਵੈਲਿਊ ਆ ਜਾਏਗੀ ਤੇ ਆਰ ਆਰ ਕੀ ਹੈ ਤੁਸੀਂ ਪੈਰਲਲ ਚ ਕਨੈਕਟ ਕਰ ਦੋ ਕਲੀਅਰ ਇਸ ਤਰੀਕੇ ਦੇ ਨਾਲ ਆਪਾਂ ਦੋਨੋਂ ਸੋਰਸ ਜਿਹੜੇ ਆਪਸ ਵਿੱਚ ਕਨਵਰਟ ਕਰ ਸਕਦੇ ਹਾਂ ਨੈਕਸਟ ਆ ਗਿਆ ਥੈਵਨਿਨ ਥਿਊਰਮ ਠੀਕ ਹੈ ਥੈਵਨਿਨ ਥਿਊਰਮ ਥੈਵਨਿਨ ਥਿਊਰਮ ਦਾ ਮੈਂ ਸਟੇਟਮੈਂਟ ਤੁਹਾਨੂੰ ਦੱਸ ਦਿੰਦਾ ਕੀ ਹੁੰਦਾ ਏ ਕਿ ਕੋਈ ਵੀ ਸਰਕਟ ਲੀਨੀਅਰ ਐਕਟਿਵ ਸਰਕਟ ਹੈ ਕੋਈ ਸਾਡੇ ਕੋਲ ਠੀਕ ਹੈ ਉਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਇੰਡੀਪੈਂਡੈਂਟ ਔਰ ਡਿਪੈਂਡੈਂਟ ਵੋਲਟੇਜ ਸੋਰਸ ਲੱਗੇ ਹੋਏ ਆ ਇੰਡੀਪੈਂਡੈਂਟ ਜਿਹੜੇ ਆਪਾਂ ਪੜ੍ਹੇ ਹੀ ਤੇ ਡਿਪੈਂਡੈਂਟ ਜਿਹੜੇ ਦੋਨੋਂ ਤੁਹਾਨੂੰ ਸੋਰਸ ਦੱਸੀ ਹੋਏ ਆ ਇੱਕ ਸਰਕਟ ਹੈ ਮੇਰੇ ਕੋਲ ਠੀਕ ਹੈ ਇਹ ਵਾਲਾ ਸਰਕਟ ਹੈ ਠੀਕ ਹੈ ਇਹਦੇ ਵਿੱਚ ਹੁਣ ਕਈ ਡਿਪੈਂਡੈਂਟ ਤੇ ਇੰਡੀਪੈਂਡੈਂਟ ਸੋਰਸ ਲੱਗੇ ਹੋਏ ਆ ਮੈਂ ਸਿਰਫ ਇੱਕ ਸਿੰਪਲ ਜਿਹਾ ਐਗਜ਼ਾਮਪਲ ਲਈਏ ਤੇ ਮੈਂ ਚਾਹੁੰਦਾ ਵਾਂ ਕਿ ਇਹਦੇ ਵਿੱਚੋਂ ਕਰੰਟ ਵੇਖਾਂ ਕਿੰਨਾ ਫਲੋ ਕਰਦਾ ਪਿਆ ਵਾ ਉਸ ਟਾਈਮ ਮੈਂ ਕੀ ਕਰਾਂਗਾ ਕਿ ਜਿਹੜਾ ਆਪਣਾ ਮੇਰਾ ਸਰਕਟ ਹੋਏਗਾ ਕੰਪਲੀਟ ਸਰਕਟ ਉਹਨੂੰ ਮੈਂ ਸਿੰਗਲ ਵੋਲਟੇਜ ਸੋਰਸ ਦੇ ਨਾਲ ਕਨਵਰਟ ਕਰਕੇ ਤੇ ਜਿਹੜੀ ਇਕੁਇਵਲੈਂਟ ਰੈジਸਟੈਂਸ ਹੋਏਗੀ ਉਹਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰ ਦਾਂਗਾ ਤੇ ਇੱਥੇ ਮੈਂ ਲੋਡ ਨੂੰ ਕਨੈਕਟ ਕਰ ਦਾਂਗਾ ਇੱਥੇ ਕੁਐਸਚਨ ਕਿਸ ਤਰੀਕੇ ਨਾਲ ਆ ਸਕਦਾ ਤੁਹਾਨੂੰ ਕਿ ਕਿ ਉਹ ਕਿਹੜਾ ਸੋਰਸ ਹੈ ਜਿਹਦੇ ਸੀਰੀਜ਼ ਦੇ ਵਿੱਚ ਰੈジਸਟੈਂਸ ਲੱਗੀ ਹੁੰਦੀ ਹੈ ਕਿਹੜਿਆ ਮਤਲਬ ਥਿਊਰਮ ਹੈ ਜਿਹਦੇ ਸੀਰੀਜ਼ ਦੇ ਓਪਨ ਸਰਕਟ ਵੋਲਟੇਜ ਦੇ ਸੀਰੀਜ਼ ਦੇ ਵਿੱਚ ਰੈジਸਟੈਂਸ ਕਨੈਕਟ ਕਰ ਦਿੰਦੇ ਨੇ ਉਹ ਕਿਹੜੀ ਥਿਊਰਮ ਹੈ ਥੈਵਨਿਨ ਥਿਊਰਮ ਹੈ ਠੀਕ ਹੈ ਰਿਪਲੇਸਡ ਬਾਏ ਜਿਹੜਾ ਪੂਰੇ ਦਾ ਪੂਰਾ ਸਰਕਟ ਕਿ ਇਹਦੇ ਨਾਲ ਰਿਪਲੇਸ ਕਰਦੇ ਆ ਰਿਪਲੇਸਡ ਬਾਏ ਅ ਸਿੰਗਲ ਅ ਸਿੰਗਲ ਵੋਲਟੇਜ ਸੋਰਸ ਵੋਲਟੇਜ ਸੋਰਸ ਇਨ ਮੈਨ ਲੋ ਈਟੀਐਚ ਕਹਿੰਦੇ ਆ ਵੋਲਟੇਜ ਸੋਰਸ ਈਟੀਐਚ ਇਨ ਸੀਰੀਜ਼ ਵਿਦ ਇਨ ਸੀਰੀਜ਼ विद विद इक्विवेलेंट रेजिस्टेंस ਆ ਕੀ ਹੈ ਇਕਵਿਲੇਂਟ ਰੈジਸਟੈਂਸ ਜਿਹੜੀ ਆਪਾਂ ਸਾਰੀ ਸਰਕਟ ਦੀ ਆਪਾਂ ਫਾਈਂਡ ਕੀਤੀ ਹੋਈ ਹੈ ਇਕਵਿਲੇਂਟ ਰੈジਸਟੈਂਸ ਇਕਵਿਲੇਂਟ ਰੈジਸਟੈਂਸ ਓਕੇ ਹੁਣ ਇਹ ਕਿੱਥੇ ਆਪਾਂ ਐਪਲੀਕੇਬਲ ਨਹੀਂ ਹੈਗੀ ਇਹ ਥਿਉਰਮ ਇੱਕ ਤਾਂ ਨਾਨ ਲੀਨੀਅਰ 엘ਮੈਂਟਸ ਤੇ ਨਹੀਂ ਹੈਗੀ ਐਪਲੀਕੇਬਲ ਠੀਕ ਹੈ ਨਾਨ ਲੀਨੀਅਰ ਜਿਹੜੇ 엘ਮੈਂਟ ਨੇ ਉਹਨਾਂ ਤੇ ਐਪਲੀਕੇਬਲ ਨਹੀਂ ਹੈਗੀ ਠੀਕ ਹੈ ਦੂਸਰਾ ਦੂਸਰਾ ਜੁਨੀਲੇਟਰਲ 엘ਿਮੈਂਟਸ ਦਣੀ ਹੈਗੀ ਜੁਨੀਲੇਟਰਲ 엘ਿਮੈਂਟਸ ਦਣੀ ਹੈਗੀ ਠੀਕ ਹੈ ਜੁਨੀਲੇਟਰਲ ਦਾ ਮਤਲਬ ਕੀ ਹੁੰਦਾ ਵਾ ਕਿ ਜਿਹਦੇ ਵਿੱਚ ਕਰੰਟ ਸਿਰਫ ਇੱਕੋ ਡਾਇਰੈਕਸ਼ਨ ਦੇ ਵਿੱਚ ਫਲੋ ਕਰ ਸਕਦਾ ਦੂਜੀ ਡਾਇਰੈਕਸ਼ਨ ਦੇ ਵਿੱਚ ਫਲੋ ਕਰਾਵਾਂਗੇ ਉਹਦੇ ਕੈਰੈਕਟ੍ਰਿਸਟਿਕਸ ਚੇਂਜ ਹੋ ਜਾਣਗੇ ਠੀਕ ਹੈ ਨੋਨ ਲੀਨੀਅਰ 엘ਿਮੈਂਟਸ ਦਾ ਵੀ ਇਹੀ ਹੁੰਦਾ ਹੈ ਕਿ ਜਿਹੜੇ ਕਰੰਟ ਦੇ ਕੈਰੈਕਟ੍ਰਿਸਟਿਕਸ ਆ ਉਹ ਮਤਲਬ ਪ੍ਰੋਪੋਰਸ਼ਨਲ ਨਹੀਂ ਹੁੰਦੇ ਮਤਲਬ ਓਮਸ ਲਾ ਨੂੰ ਬੇਈ ਨਹੀਂ ਕਰਦੇ ਸਿੰਪਲੀ ਆਪਾਂ ਕਹਿ ਦਈਏ ਨੈਕਸਟ ਆਗਾ ਨੋਟਨ ਥੀਰਮ ਉਹਦੇ ਵਿੱਚ ਆਪਾਂ ਜਿਹੜਾ ਸਰਕਟ ਈ ਔਰ ਰਿਪਲੇਸ ਕੀਤਾ ਈ ਇਹਦੇ ਵਿੱਚ ਵੋਲਟੇਜ ਸੋਰਸ ਜੇ ਸੀਰੀਜ਼ ਦੇ ਵਿੱਚ ਇੱਕ ਰੈਜ਼ਿਸਟੈਂਸ ਲਗਾ ਕੇ ਇਹ ਚ ਕੀ ਕਰਾਂਗੇ ਸਰਕਟ ਜਿਹੜਾ ਆਪਾਂ ਰਿਪਲੇਸ ਕਰਨਾ ਹੈ ਸਰਕਕਟ ਇਜ਼ ਰਿਪਲੇਸਡ ਬਾਈ ਰਿਪਲੇਸਡ ਬਾਈ ਅ ਸਿੰਗਲ ਕਰੰਟ ਸੋਰਸ ਅ ਸਿੰਗਲ ਕਰੰਟ ਸੋਰਸ ਇਨ ਸ਼ੰਟ ਵਿਦ ਇਨ ਸ਼ੰਟ ਜਾਂ ਕਹ ਲਓ ਜਾਂ ਇੱਥੇ ਮੈਂ ਲੇ ਦਿਨਾ ਪੈਰਲਲ ਠੀਕ ਹੈ ਇਨ ਪੈਰਲਲ ਸ਼ੰਟ ਸ਼ੰਟ ਵਿਦ اور ਪੈਰਲਲ ਵਿਦ ਇਕੁਇਵਲੈਂਟ ਰੈਜ਼ਿਸਟੈਂਸ ਇਕੁਇਵਲੈਂਟ ਰੈਜ਼ਿਸਟੈਂਸ ਕਲੀਅਰ ਕੀ ਇਹ ਕਿ ਇੱਕ ਸਰਕਟ ਹੈ ਮੇਰੇ ਕੋਲ ਠੀਕ ਹੈ ਕੋਈ ਨੈਟਵਰਕ ਹੈ ਜਾਂ ਸਰਕਟ ਹੈ ਠੀਕ ਹੈ ਇਹਦੇ ਵਿੱਚ ਕੀ ਕੀਤਾ ਮੈਂ ਇੱਕ ਇਹਨੂੰ ਕਰੰਟ ਸਿੰਗਲ ਕਰੰਟ ਸੋਰਸ ਚ ਬਦਲ ਲਿਆ ਉਸ ਤੋਂ ਬਾਅਦ ਇਹਦੇ ਸੀਰੀਜ਼ ਦੇ ਪੈਰਲਲ ਦੇ ਵਿੱਚ ਇੱਕ ਰੈਜ਼ਿਸਟੈਂਸ ਕਨੈਕਟ ਕਰਤੀ ਇਹ ਕਿ ਇਹ ਨੋਟਨ ਥੀਓਰਮ ਠੀਕ ਹੈ ਨੌਰਟਮ ਥਿਊਰਮ ਇਜ਼ ਕਨਵਰਸ ਆਫ ਥੈਵਨਿਨ ਥਿਊਰਮ ਕਨਵਰਸ ਆਫ ਥੈਵਨਿਨ ਥਿਊਰਮ ਕਲੀਅਰ ਨੈਕਸਟ ਇਜ਼ ਸੁਪਰਪੋਜੀਸ਼ਨ ਥਿਊਰਮ ਜਦੋਂ ਇੱਕ ਜਾਂ ਇੱਕ ਤੋਂ ਵੱਧ ਸਾਡੇ ਕੋਲ ਵੋਲਟੇਜ ਸੋਰਸ ਹੁੰਦੇ ਨੇ ਕਿਸੇ ਸਰਕਟ ਦੇ ਵਿੱਚ ਉੱਥੇ ਆਪਾਂ ਫਿਰ ਥੈਵਨਿਨ ਥਿਊਰਮ ਯੂਜ਼ ਕਰਦੇ ਹਾਂ ਠੀਕ ਹੈ ਇਹਦੇ ਵਾਸਤੇ ਜਿਹੜਾ ਸਰਕਟ ਕੀ ਹੋਣਾ ਚਾਹੀਦਾ ਹੈ ਇੱਕ ਤਾਂ ਲੀਨੀਅਰ ਹੋਣਾ ਚਾਹੀਦਾ ਹੈ ਦੂਸਰਾ ਬਾਈਲੈਟਰਲ ਬਾਈ ਲੈਟਰਲ ਦਾ ਮਤਲਬ ਕੋ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਕਰੰਟ ਫਲੋ ਕਰਨ ਕਰਨ ਤੇ ਲੈਟਰਲ ਠੀਕ ਹੈ ਇੱਥੇ ਲਿਖ ਲਓ ਬਾਈ ਲੈਟਰਲ ਓਕੇ ਲੈਟਰਲ ਬਾਈ ਲੈਟਰਲ ਦਾ ਮਤਲਬ ਹੁੰਦਾ ਕਿ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਕਰੰਟ ਜਿਹੜਾ ਵਾ ਉਹ ਸੇਮ ਫਲੋ ਕਰੇ ਮਤਲਬ ਕੈਰੈਕਟ੍ਰਿਸਟਿਕਸ ਇਸੇ ਨਾਲ ਚੇਂਜ ਹੁੰਦੇ ਜਿਨ੍ਹਾਂ ਨੂੰ ਕੰਡਕਟਰ ਵਾ ਕੰਡਕਟਰ ਨੂੰ ਭਾਵੇਂ ਇਧਰੋਂ ਕਰੰਟ ਫਲੋ ਕਰਾ ਲਓ ਭਾਵੇਂ ਇਧਰੋਂ ਫਲੋ ਕਰਾ ਲਓ ਹੈਨਾ ਉਹਦੇ ਵਿੱਚ ਕੈਰੈਕਟ੍ਰਿਸਟਿਕਸ ਹੀ ਨਾ ਚੇਂਜ ਹੁੰਦੇ ਇਸੇ ਤਰ੍ਹਾਂ ਰਜਿਸਟਰ ਨੂੰ ਵੀ ਤੁਸੀਂ ਜਿੱਦਾਂ ਮਰਜ਼ੀ ਕਨੈਕਟ ਕਰ ਦਿਓ ਓਕੇ ਤੇ ਬਾਈਲੈਟਰਲ ਹੋਣਾ ਚਾਹੀਦਾ ਏ ਲੀਨੀਅਰ ਹੋਣਾ ਚਾਹੀਦਾ ਏ ਓਕੇ ਤੇ ਜਿਹੜੇ ਇਹਦੇ ਵਿੱਚ ਵੋਲਟੇਜ ਸੋਰਸ ਹੋਣਗੇ ਉਹਨੂੰ ਓਪਨ ਕਰ ਦਾਂਗੇ ਠੀਕ ਹੈ ਵੋਲਟੇਜ ਸੋਰਸ ਸੌਰੀ ਸ਼ਾਰਟ ਕਰ ਦਾਂਗੇ ਵੋਲਟੇਜ ਸੋਰਸ ਜਿਹੜੇ ਆ ਉਹ ਜਿੰਨੇ ਵੀ ਲੱਗੇ ਹੋਣਗੇ ਉਹਨੂੰ ਸ਼ਾਰਟ ਕਰ ਦਾਂਗੇ ਇੱਕ ਇੱਕ ਕਰਕੇ ਤੇ ਫਿਰ ਆਪਾਂ ਉਹਦਾ ਕਰੰਟ ਫਾਈਂਡ ਕਰ ਲਾਂਗੇ ਸ਼ਾਰਟ ਠੀਕ ਹੈ ਸ਼ਾਰਟ ਕਰ ਦਾਂਗੇ ਤੇ ਜਿਹੜੇ ਕਰੰਟ ਸੋਰਸ ਲੱਗੇ ਹੋਏ ਨੇ ਵਿੱਚ ਉਹਨੂੰ ਕਰਦੇ ਆਂ ਓਪਨ ਕਰ ਦਿੰਦੇ ਆ ਠੀਕ ਹੈ ਇਹਦੇ ਵਿੱਚ ਤੁਸੀਂ ਇੰਨਾ ਸਮਝ ਲਿਓ ਕਿ ਜੇ ਦੋ ਜਾਂ ਦੋ ਤੋਂ ਵੱਧ ਸੋਰਸ ਲੱਗੇ ਹੋਣ ਉੱਥੇ ਆਪਾਂ ਕਿਹੜੀ ਥਿਊਰਮ ਯੂਜ਼ ਕਰਦੇ ਆ ਉੱਥੇ ਅਸੀਂ ਯੂਜ਼ ਕਰਦੇ ਆ ਸੁਪਰਪੋਜੀਸ਼ਨ ਥਿਊਰਮ ਠੀਕ ਹੈ ਇਹ ਕਿਤੇ ਐਪਲਾਈ ਨਹੀਂ ਇਹਨੂੰ ਕਰ ਸਕਦੇ ਐਪਲੀਕੇਬਲ ਕਿਤੇ ਨਹੀਂ ਹੈਗੀ ਇੱਕ ਤੁਹਾਨੂੰ ਦੱਸਿਆ ਜੇ ਇਥੇ ਲੀਨੀਅਰ ਨੋਨ ਲੀਨੀਅਰ ਦੇ ਉੱਤੇ ਐਪਲੀਕੇਬਲ ਨਹੀਂ ਹੈਗੀ ਨੋਨ ਲੀਨੀਅਰ ਦੇ ਉੱਤੇ ਨੰਬਰ B 2 ਦੀ ਗੱਲ ਕਰੀਏ ਤਾਂ ਯੂਨੀਲੇਟਰਲ ਦੇ ਉੱਤੇ ਵੀ ਇਹ ਐਪਲੀਕੇਬਲ ਨਹੀਂ ਹੈਗੀ ਯੂਨੀ ਲੇਟਰਲ ਦਿੱਤੀ ਗਈ ਐਪਲੀਕੇਬਲ ਜਿਹੜੀ ਆ ਨਹੀਂ ਹੈਗੀ ਓਕੇ ਤੇ ਉਸ ਤੋਂ ਬਾਅਦ ਪਾਵਰ ਤੇ ਵੀ ਐਪਲੀਕੇਬਲ ਨਹੀਂ ਹੈਗੀ ਠੀਕ ਹੈ ਪਾਵਰ ਕੀ ਆ ਪਾਵਰ ਇੱਕ ਨੋਨ ਲੀਨੀਅਰ ਪੈਰਾਮੀਟਰ ਹੈ ਜੇ ਪਾਵਰ ਕਰਨੀ ਹੋਵੇ ਸਰਕਟ ਦੀ ਨੋਨ ਲੀਨੀਅਰ ਪੈਰਾਮੀਟਰ ਕਲੀਅਰ ਬਸ ਇਹ ਕੁਝ ਚੀਜ਼ਾਂ ਤੁਹਾਨੂੰ ਧਿਆਨ ਚ ਰੱਖਣੀਆਂ ਪੈਣਗੀਆਂ ਨੈਕਸਟ ਮੈਕਸਿਮਮ ਪਾਵਰ ਮੈਕਸਿਮਮ ਪਾਵਰ ਟ੍ਰਾਂਸਫਰ ਥੀਓਰਮ ਜਦੋਂ ਇੰਟਰਨਲ ਰੈਜ਼ਿਸਟੈਂਸ ਕੇ ਸੋਰਸ ਦੀ ਲੋਡ ਰੈਜ਼ਿਸਟੈਂਸ ਤੇ ਇਕੁਅਲ ਹੋ ਜਾਂਦੀ ਹੈ ਉਦੋਂ ਮੈਕਸਿਮਮ ਪਾਵਰ ਜਿਹੜੀ ਆ ਉਹ ਟ੍ਰਾਂਸਫਰ ਹੁੰਦੀ ਹੈ ਜਦੋਂ ਇੰਟਰਨਲ ਰੈਜ਼ਿਸਟੈਂਸ ਕਿਹਦੇ ਇਕੁਅਲ ਹੋ ਜੇ ਜਦੋਂ ਇੰਟਰਨਲ ਰੈਜ਼ਿਸਟੈਂਸ ਲੋਡ ਰੈਜ਼ਿਸਟੈਂਸ ਦੇ ਇਕੁਅਲ ਹੋ ਜੇ ਉਦੋਂ ਮੈਕਸਿਮਮ ਪਾਵਰ ਜਿਹੜੀ ਆ ਉਹ ਟ੍ਰਾਂਸਫਰ ਹੁੰਦੀ ਹੈ ਉਦੋਂ ਮੈਕਸਿਮਮ ਪਾਵਰ ਜਿਹੜੀ ਆ ਟ੍ਰਾਂਸਫਰ ਹੋਏਗੀ ਓਕੇ ਇਹਦੇ ਨਾਲ ਜਿਹੜੀ ਐਫੀਸ਼ੀਐਂਸੀ ਹੋ ਜਾਂਦੀ ਹੈ ਉਹ 50% ਰਹਿ ਜਾਂਦੀ ਜਦੋਂ ਮੈਕਸਿਮਮ ਪਾਵਰ ਟ੍ਰਾਂਸਫਰ ਆਪਾਂ ਕਰੁੰਦੇ ਆ ਉਦੋਂ ਜਿਹੜੀ ਐਫੀਸ਼ੀਐਂਸੀ ਆ ਕਿਸੇ ਸਰ 50% रह ਜਾਂਦੀ ਹੈ کلیئر ਚਲੋ ਨੈਕਸਟ 스타 ਟੂ ਡੈਲਟਾ ਠੀਕ ਹੈ ਇੱਕ ਟਾਪਿਕ ਰਹਿ ਗਿਆ 스타 ਟੂ ਡੈਲਟਾ ਟ੍ਰਾਂਸਫਰਮੇਸ਼ਨ ਟ੍ਰਾਂਸਫੋਰਮੇਸ਼ਨ ਐਂਡ ਵਾਈਸ ਵਰਸਾ ਐਂਡ ਵਾਈਸ ਵਰਸਾ ਹੁਣ ਆਪਾਂ ਕਿਸ ਤਰ੍ਹਾਂ ਮਤਲਬ ਟ੍ਰਾਂਸਫਰਮੇਸ਼ਨ ਇਹਨਾਂ ਦੀ ਕਰ ਸਕਦੇ ਆ ਉਹ ਆਪਾਂ ਦੇਖਣੀ ਹੈ ਠੀਕ ਹੈ ਲਾਸਟ ਟਾਪਿਕ ਹੀ ਹੈ ਹੁਣ ਇਹਦੇ ਵਿੱਚ ਕੀ ਹੈ ਸਟਾਰ ਕਨੈਕਸ਼ਨ ਹੈ ਠੀਕ ਹੈ ਇਹ ਡੈਲਟਾ ਹੈ ਇਹਦੀ ਜਿਹੜੀ ਰੈਜ਼ਿਸਟੈਂਸ ਦੀ ਵੈਲਿਊ ਹੈਗੇ ਇਹਨੂੰ ਆਪਾਂ R1 ਕਹਿੰਦਾ ਇਹ R ਸੋਰੀ RA ਕਹਿੰਦਾ RB ਤੇ RC ਤੇ ਜਿਹੜੇ ਆ ਪੁਆਇੰਟਸ ਨੇ ਇਹ ਕੀ ਨੇ ਇਹਦੇ ਵਿੱਚ A ਪੁਆਇੰਟ A B ਪੁਆਇੰਟ ਤੇ ਇਹ ਕੜਾ C ਪੁਆਇੰਟ ਕਲੀਅਰ ਹੁਣ ਇਸੇ ਤਰੀਕੇ ਦੇ ਨਾਲ ਇਹ ਕੀ ਹੈ ਡੈਲਟਾ ਠੀਕ ਹੈ ਡੈਲਟਾ ਦੇ ਵਿੱਚ ਕੀ ਆ ਇਹ ਪੁਆਇੰਟ ਜਿਹੜਾ ਵਾ ਇਹਨੂੰ ਜੇ ਆਪਾਂ ਕਹਿ ਦਈਏ ਆਰ ਏ ਬੀ ਕਹਦਾਂਗੇ ਆਰ ਏ ਬੀ ਇਹ ਆਰ ਬੀ ਸੀ ਹੈ ਆਰ ਬੀ ਸੀ ਠੀਕ ਹੈ ਆ ਦੇਖਿਆ ਜਾਵੇ ਨਾ ਇਹਨੂੰ ਇੱਥੇ ਜਿਹੜਾ ਪੁਆਇੰਟ ਹੋਏਗਾ ਇਹਨੂੰ ਆਪਾਂ ਸੀ ਕਹਦਾਂਗੇ ਏ ਬੀ ਹੋ ਗਿਆ ਤੇ ਆ ਏ ਹੋ ਗਿਆ ਤੇ ਇੱਥੇ ਕੀ ਆ ਜਾਏਗਾ ਫਿਰ ਆਰ ਔਰ ਇੱਕ ਤੇ e ਪੁਆਇੰਟ ਪੈਂਦਾ ਤੇ ਇੱਕ ਇਹਨੂੰ b ਪੁਆਇੰਟ ਪੈਂਦਾ c ਪੁਆਇੰਟ ਪੈਂਦਾ r e c ਜਾਂ r c ਇਹ ਕਹਿੰਦੇ ਜੇ ਆਪਾਂ ਇਦਾਂ ਫਲੋ ਕਰਦੇ ਪਏ ਨਾ ਕਰੰਟ ਨੂੰ ਫੇਰ ਇਹਨੂੰ r c a b ਆਪਾਂ ਲਿਖ ਸਕਦੇ ਹਾਂ ਠੀਕ ਹੈ ਜਦੋਂ ਆਪਾਂ స్టార్ 2 ਡੈਲਟਾ ਕੀਤਾ ਉਦੋਂ ਕਿਦਾਂ ਕਰਾਂਗੇ r e b ਫਾਈਂਡ ਕਰਾਂਗੇ r e b ਦੇ ਵਿੱਚ ਕੀ ਆਏਗਾ r e b ਦੇ ਵਿੱਚ ਆ ਜਾਏਗਾ e r a r b r ਜਿਹੜੀ ਇਹਦੀ ਗੱਲ ਕਰਦੇ ਪਏ ਆ ਠੀਕ ਹੈ ਪਲੱਸ r a r b r c ਪਲੱਸ r c r a r c r a ਡਿਵਾਈਡਡ ਬਾਈ r c ਜਦੋਂ r ਹੁਣ ਵੇਖੋ ਨਾ ਇੱਥੇ a b ਆ ਇਸ ਕਰਕੇ ਇੱਥੇ r c ਲਿਖਤਾ ਸਿਮਿਲਰਲੀ ਜੇ ਤੁਸੀਂ ਇਹਨੂੰ ਆਪਾਂ ਸਾਰੀ ਇਕੁਏਸ਼ਨ ਨੂੰ ਮੰਨ ਲੈਂਦੇ ਆ z ਮੰਨ ਲੀ ਨੀ ਠੀਕ ਹੈ ਤੇ rbc ਜੇ ਆਪਾਂ ਕੜਨੀ ਹੈ rbc ਕੜਨੀ ਹੈ ਸਪੋਜ਼ ਕਰੋ ਫਿਰ ਕੀ ਕਰੋਗੇ z ਡਿਵਾਈਡਡ ਬਾਈ ਆ ਜਿਹੜੀ ਬ੍ਰਾਂਚ ਦੀ ਕੜਨੀ ਹੈ z ਡਿਵਾਈਡਡ ਬਾਈ z ਦੀ ਇਕੁਅਲ ਜੇ r e rb rb into rc rc re ਇਹਦੀ ਇਕੁਅਲ ਹੈ ਤੇ ਇਹਨੂੰ ਆਪਾਂ ਕੀ ਕਰਦਾਂਗੇ ਇੱਥੇ rc r e ਲਿਖ ਦਾਂਗੇ ਕਿਉਂਕਿ ਇੱਥੇ rbc ਆਪਾਂ ਫਾਈਂਡ ਕਰੰਦੇ ਆ ਇਸੇ ਤਰੀਕੇ ਨਾਲ ਜਦੋਂ rca ਕਰਨਾ ਵਾ rb ਹੀਠਾਂ ਆ ਜਾਏਗਾ ਤੇ ਉੱਪਰ ਆਪਾਂ Z ਲਿਖਤਾ Z ਕੀ ਆ ਇਹਦੀ ਇਕੁਅਲ ਆ Z ਦੀ ਵੈਲਿਊ ਫੇਰ ਸਮਝ ਲਓ Z ਦੀ ਵੈਲਿਊ ਹੈਗੀ ਆ RA RB RB RC RC RE ਦੇ ਇਕੁਅਲ ਹੈ ਕਲੀਅਰ ਹੁਣ ਜੇ ਆਪਾਂ ਡੈਲਟਾ ਟੂ ਸਟਾਰ ਕਰਨਾ ਹੈ ਡੈਲਟਾ ਟੂ ਸਟਾਰ ਕਰਨਾ ਹੈ ਫੇਰ ਕੀ ਕਰਾਂਗੇ ਫੇਰ RA ਫਾਈਂਡ ਕਰਨਾ ਹੈ RA ਕੀ ਦੀ ਇਕੁਅਲ ਹੁੰਦਾ ਹੈ RCA ਠੀਕ ਹੈ ਇਹਦੇ ਵਿੱਚ ਕੀ ਆ A ਹੋਣਾ ਚਾਹੀਦਾ ਉੱਪਰ ਤੇ RAB ਕਲੀਅਰ ਹੋ ਗਿਆ ਨਾ ਇਹਦੇ ਚ ਵੀ ਇਹ ਹੈਗਾ ਇਹਦੇ ਚ ਵੀ ਇਹ ਹੈਗਾ ਇਸ ਕਰਕੇ ਤੇ ਬਾਕੀ ਸਾਰਿਆਂ ਨੂੰ ਆਪਾਂ ਪਲੱਸ ਕਰ ਦਾਂਗੇ RAB RBC RCA ਕਲੀਅਰ ਠੀਕ ਹੈ ਸੇਮ ਹੀ ਇਹਦੇ ਵਿੱਚ ਰੱਖਿਓ ਕੰਮ ਇਹਦੇ ਕੋਈ ਨਹੀਂ ਹੈਗਾ ਹੁਣ ਇੱਥੇ RB ਆ ਹੁਣ ਇਹਦੇ ਵਿੱਚ ਆਪਾਂ B ਵਾਲੇ ਦੇਖਣਾ ਇੱਕ RAB ਲਿਖ ਲਾਂਗੇ ਇੱਕ RBC ਲਿਖ ਲਾਂਗੇ RAB RBC RA बी प्लस आर बी सी प्लस आर सी ए कलियर इस तरीके आर स हूँ कोशिश करिए ये की सी एच भी है तो सी एच भी है ही एक आर सी ए ले लो तो आर बी सी लिख लो हेठा की आ जाएगा आर ए बी प्लस आर बी सी पलस आर सी ए ठीक है ये कन्वर्शन ही स्टार्ट टू डेल्टा एंड वैसे वर्सा ओके स्टूडेंट्स ਖੂਬਸੋਤਨ ਤੁਸੀਂ ਇਸ ਅੱਜ ਦੇ ਵੀਡੀਓ ਲੈਕਚਰ ਦੇ ਵਿੱਚ ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜਿਹੜਾ ਪਹਿਲਾ ਲੈਕਚਰ ਸੀ ਉਹਦੇ ਵਿੱਚ ਬਹੁਤ ਕੁਝ ਸਿੱਖਿਆ ਹੋਏਗਾ ਸੋ ਸ਼ਾਰਟ ਹੈਂਡ ਜਿਹੜੇ ਨੋਟਸ ਬਣਾਏ ਨੇ ਉਹ ਤੁਸੀਂ ਰਿਵਾਈਜ਼ ਜ਼ਰੂਰ ਕਰ ਲਿਓ ਇੱਕ ਦੋ ਵਾਰੀ ਓਕੇ ਥੈਂਕ ਯੂ ਸਟੂਡੈਂਟਸ